ਸਤਨਾਮ ਵਾਹਿਗੁਰੂ ਸਾਹਿਬ ਜੀਓ, ਰੱਖੋ ਆਪਣੀ ਸ਼ਰਨ ਪ੍ਰਭ, ਮੋਹੀ ਕਿਰਪਾ ਧਾਰੀ, ਸੇਵਾ ਕਛੂ ਨਾ ਜਾਣਉ, ਨੀਚ ਮੂਰਖ ਹਾਰੀ, ਮਾਨ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੇ, ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੀ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਮੰਦਾਂ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੀਸ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਦਰ ਦੀ ਪੌੜੀ ਵਿੱਚ ਆਪਾਂ ਦਰਸ਼ਨ ਕੀਤੇ ਸਨ ਸੁਰਤ ਦੀਆਂ ਅੱਖਾਂ ਨਾਲ ਸਮੁੱਚੀ ਕਾਇਨਾਤ ਉਸ ਪਰਮੇਸ਼ਰ ਨੂੰ ਗਾ ਰਹੀ ਹੈ, ਸਾਰੇ ਉਹਨੂੰ ਗਾ ਰਹੇ ਨੇ। ਦੋ ਚੀਜ਼ਾਂ ਜੀਵਨ ਵਿੱਚ ਪਹਿਲਾਂ ਸਮਝ ਲੈਣੀਆਂ ਚਾਹੀਦੀਆਂ ਨੇ, ਇੱਕ ਹੁੰਦਾ ਰਾਹੀ, ਇੱਕ ਹੁੰਦੀ ਹੈ ਮੰਜ਼ਲ। ਰਾਹੀ ਤੁਰਨ ਵਾਲੇ ਬਹੁਤ ਹੁੰਦੇ ਨੇ,
ਮੰਜ਼ਿਲ 'ਤੇ ਪਹੁੰਚਣ ਵਾਲਾ ਕੋਈ ਵਿਰਲਾ ਹੁੰਦਾ ਹੈ। ਤੁਰਦੇ ਬਹੁਤ ਨੇ, ਰਾਹਾਂ ਵਿੱਚ ਭੀੜ ਲੱਗੀ ਹੁੰਦੀ ਹੈ, ਕੋਈ ਮੰਜ਼ਿਲ 'ਤੇ ਪਹੁੰਚ ਜਾਏ ਕੋਈ ਵਿਰਲਾ ਹੁੰਦਾ ਹੈ। ਸਤਿਗੁਰਾਂ ਦੀ ਕਿਰਪਾ ਕੀਤੀ, ਬਹੁਤਾਤ ਲੋਕ ਨੇ, ਜਦੋਂ ਤੁਸੀਂ ਧਰਮ ਦੀ ਦੁਨੀਆ ਵਿੱਚ ਦੇਖੋਗੇ ਤਾਂ ਧਰਮ ਦੀ ਦੁਨੀਆ 'ਚ ਬੜੀ ਭੀੜ ਲੱਗੀ ਹੋਈ ਹੈ। ਜਿਸ ਪਾਸੇ ਨਜ਼ਰ ਮਾਰੋਗੇ ਸਾਰੇ ਰੱਬੀ ਰਾਹ 'ਤੇ ਤੁਰੇ ਜਾਂਦੇ ਤੁਹਾਨੂੰ ਪ੍ਰਤੀਤ ਹੋਣਗੇ, ਬੜੀ ਭੀੜ ਹੈ। ਬਲਕਿ ਮੈਂ ਇੱਥੋਂ ਤੱਕ ਬੇਨਤੀ ਕਰਾਂ, ਜਿਤਨੀ ਭੀੜ ਧਰਮ ਦੀ ਦੁਨੀਆ ਵਿੱਚ ਹੈ ਉਤਨੀ ਬਾਹਰ ਲੋਕਾਂ 'ਚ ਭੀੜ ਨਹੀਂ ਹੈ। ਪਰ ਸਾਹਿਬ ਨੂੰ ਪੁੱਛੀਏ ਵੀ ਮੰਜ਼ਿਲ 'ਤੇ ਕੌਣ ਪਹੁੰਚਦਾ ਹੈ, ਕੋਈ ਪਹੁੰਚਦਾ ਵੀ ਹੈ? ਹਜ਼ੂਰ ਕਹਿੰਦੀ ਕੋਈ ਵਿਰਲਾ ਪਹੁੰਚਦਾ ਹੈ। ਸਤਿਗੁਰੂ ਕਿਉਂ? ਅੱਜ ਹਜ਼ੂਰ ਨੇ ਬੜੀ ਪਿਆਰੀ ਬਾਤ ਸਮਝਾਈ ਹੈ। ਕਹਿਣ ਲੱਗੇ ਮੰਜ਼ਿਲ 'ਤੇ ਇਸ ਲਈ ਕੋਈ ਵਿਰਲਾ ਪਹੁੰਚਦਾ ਹੈ ਕਿਉਂਕਿ ਉਹਦੇ ਪਿਛੋਕੜ ਵਿੱਚ ਕੁਝ ਗੱਲਾਂ ਸਮਝਣ ਵਾਲੀਆਂ ਨੇ। ਬੜਾ ਧਿਆਨ ਦੇ ਕੇ ਸਮਝਿਓ, ਜਿਹੜੀਆਂ ਤਿੰਨ ਪੌੜੀਆਂ ਨੇ ਇਹ ਯੋਗ ਮਤ ਦੇ ਨਾਲ ਸੰਬੰਧਿਤ ਨੇ। ਮੈਂ ਪਹਿਲੋਂ ਬੇਨਤੀ ਕੀਤੀ ਸੀ, ਵਾਰ ਵਾਰ ਦੁਹਰਾਉਂਦਾ ਰਹਿੰਦਾ ਵੀ ਜਪਜੀ ਸਾਹਿਬ ਹੈ ਜਿਹੜੀ, ਉਹ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹਯਾਤੀ ਵਿੱਚ, ਆਪਣੇ ਸਰੀਰਕ ਜਾਮੇ ਵਿੱਚ ਰਹਿੰਦੀਆਂ ਆਖਰੀ ਸਮੇਂ ਵਿੱਚ ਕਰਤਾਰਪੁਰ ਸਾਹਿਬ 'ਚ ਕੰਪਾਈਲ ਕੀਤੀ ਸੀ ਅਤੇ ਉਹਨੂੰ ਸੰਪਾਦਿਤ ਕੀਤਾ ਸੀ, ਜੋੜੀ ਸੀ। ਇਹ ਪੌੜੀਆਂ ਵੱਖੋ ਵੱਖਰੀ ਥਾਂ 'ਤੇ ਉਚਾਰੀਆਂ ਹੋਈਆਂ ਨੇ। ਇਹਨਾਂ ਪੌੜੀਆਂ ਦੀ ਬਣਤਰ ਤੋਂ ਲੱਗਦਾ ਹੈ ਸ਼ਾਇਦ ਇਹ ਕਿਸੇ ਯੋਗੀ ਨਾਲ ਹੋ ਰਹੀ ਚਰਚਾ ਹੈ। ਮੈਂ ਆਪਣੀ ਗੱਲ ਵੱਲ ਵਾਪਸ ਆ ਜਾਂ, ਮੰਜ਼ਿਲ 'ਤੇ ਸਾਰੇ ਲੋਕ ਕਿਉਂ ਨਹੀਂ ਪਹੁੰਚਦੇ? ਉਹਦਾ ਕਾਰਨ ਹੈ, ਜੇ ਕਿਸੇ ਮਨੁੱਖ ਨੇ ਸੱਚ ਧਾਰਨ ਕਰਦਿਆਂ ਉਹਨੂੰ ਨਹੀਂ ਸੀ ਪਤਾ, ਉਹਨੇ ਤਾਂ ਸੁਭਾਵਿਕ ਸੱਚ ਧਾਰਨ ਕਰਦਿਆਂ ਜੋ ਕੁਝ ਉਹਨੇ ਸੁਭਾਵਿਕ ਖਾਧਾ, ਜੋ ਕੁਛ ਉਹਨੇ ਸੁਭਾਵਿਕ ਪਹਿਨਿਆ, ਜੋ ਕੁਝ ਉਹਦੀਆਂ ਸੁਭਾਵਿਕ ਸਰੀਰਕ ਕਿਰਿਆਵਾਂ ਸਨ, ਉਹਦੇ ਮਗਰ ਤੁਰਨ ਵਾਲੇ ਲੋਕਾਂ ਨੇ ਉਹੀ ਜਿਹੀਆਂ ਅਪਣਾ ਲਈਆਂ। ਸ਼ਬਦਾਵਲੀ ਥੋੜ੍ਹੀ ਔਖੀ ਲੱਗੇਗੀ ਅੱਜ ਤੁਹਾਨੂੰ। ਜਿਵੇਂ ਕਿਸੇ ਨੇ ਸੱਚ ਪਾਇਆ, ਉਹਦੇ ਪਿੱਛੇ ਤੁਰਨ ਵਾਲੇ ਲੋਕਾਂ ਨੇ ਸੋਚ ਲਿਆ ਵੀ ਇਹ ਇਵੇਂ ਦਾ ਖਾਣਾ ਖਾਂਦਾ ਸੀ, ਮੈਂ ਵੀ ਉਹੋ ਜਿਹਾ ਖਾਣ ਲੱਗ ਜਾਂ। ਕਿਸੇ ਨੇ ਸੱਚ ਪਾਇਆ ਅਤੇ ਉਹਨਾਂ ਸੋਚਿਆ ਵੀ ਇਹ ਇਹੋ ਜਿਹੇ ਕੱਪੜੇ ਪਹਿਨਦਾ ਸੀ, ਮੈਂ ਵੀ ਪਹਿਨਣ ਲੱਗ ਜਾਂ। ਕਿਸੇ ਨੇ ਸੋਚਿਆ ਇਹ ਇਵੇਂ ਸੌਂਦਾ ਸੀ, ਇਵੇਂ ਉੱਠਦਾ ਸੀ, ਇਵੇਂ ਬੈਠਦਾ ਸੀ, ਇਹਦੀਆਂ ਸਰੀਰਕ ਕਿਰਿਆਵਾਂ ਇਸ ਤਰ੍ਹਾਂ ਦੀਆਂ ਸੀ, ਮੈਂ ਵੀ ਇਸੇ ਤਰ੍ਹਾਂ ਦੀਆਂ ਸਰੀਰਕ ਕਿਰਿਆਵਾਂ ਕਰਾਂ, ਸ਼ਾਇਦ ਮੈਂ ਵੀ ਸੱਚ ਨੂੰ ਪਹੁੰਚ ਜਾਵਾਂਗਾ। ਹੁਣ ਹੋਇਆ ਕਿ ਵੀ ਇੱਕ ਨੇ ਤਾਂ ਸੱਚ ਕਮਾਇਆ, ਜਿਹੜੇ ਉਹਦੇ ਪਿੱਛੇ ਤੁਰਨ ਵਾਲੇ ਉਹੋ ਜਿਹੀਆਂ ਕਿਰਿਆਵਾਂ ਕਰਨ ਵਾਲੇ ਸਨ, ਉਹ ਅਸਲ ਵਿੱਚ ਜੀਵਨ ਵਿੱਚ ਤਾਂ ਸੱਚ ਨਾ ਰੱਖ ਸਕੇ ਅਤੇ ਬਾਹਰਲੀਆਂ ਕਿਰਿਆਵਾਂ ਵਿੱਚ ਉਲਝ ਗਏ, ਉਹ ਕੇਵਲ ਇੱਕ ਪਖੰਡ ਬਣ ਕੇ ਰਹਿ ਗਿਆ। ਦੂਜੀ ਬੇਨਤੀ ਕਰਦੇ ਹਾਂ, ਇਹਨੂੰ ਵੀ ਧਿਆਨ ਨਾਲ ਸੁਣਿਓ। ਬਹੁਤ ਘੱਟ ਲੋਕ ਨੇ ਜਿਹੜੇ ਅੰਦਰੋਂ ਹਉਮੈ ਦੀ ਦੀਵਾਰ ਨੂੰ ਤੋੜ ਲੈਂਦੇ ਨੇ। ਨਹੀਂ, ਆਮ ਕਰਕੇ ਕੀ ਹੁੰਦਾ ਹੈ, ਜਦੋਂ ਕਦੇ ਧਰਮ ਦੇ ਰਾਹ 'ਤੇ ਤੁਰਦਾ ਹੈ ਮਨੁੱਖ, ਗੁਰਬਾਣੀ ਦਾ ਫੈਸਲਾ ਬੜਾ ਪਿਆਰਾ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਜਹਾਨ ਉਹਦੀ ਉਸਤਤ ਕਰਦਾ, ਵਡਿਆਈ ਕਰਦਾ,
ਬਹੁਤਾਤ ਲੋਕ ਨੇ ਜਿਹੜੇ ਦੁਨੀਆ ਦੀ ਪੁਸਤਕ ਵਿੱਚ ਉਲਝ ਕੇ ਰਹਿ ਜਾਂਦੇ ਨੇ, ਉਹ ਮਾਲਕ ਦੀ ਵਡਿਆਈ ਨਹੀਂ ਕਰ ਪਾਉਂਦੇ, ਮਾਲਕ ਦੀ ਸ਼ੋਭਾ ਨੂੰ ਸੁਣ ਨਹੀਂ ਰੱਖਦੇ, ਆਪਣੇ ਜੀਵਨ ਵਿੱਚ ਧਾਰਨ ਨਹੀਂ ਕਰਦੇ। ਉਹ ਸੋਚ ਲੈਂਦੇ ਨੇ ਸ਼ਾਇਦ ਸਾਡੀ ਵਡਿਆਈ ਹੈ। ਇੱਕ ਪੱਖ ਮੈਂ ਤੁਹਾਡੇ ਨਾਲ ਹੋਰ ਸਾਂਝਾ ਕਰ ਲਾਂ, ਫਿਰ ਆਪਾਂ ਪੌੜੀ ਦੇ ਅਰਥ ਕਰਨੇ ਨੇ। ਇਹ ਸਾਰੀਆਂ ਗੱਲਾਂ ਦਾ ਨਿਰਣਾ ਇੱਕੋ ਹੀ ਹੈ। ਦੁਨੀਆ ਦੇ ਅੰਦਰ ਇੱਕ ਸਿਸਟਮ ਹੈ, ਸਭ ਤੋਂ ਪਹਿਲਾਂ ਅਕਲ ਦਿੱਤੀ ਜਾਂਦੀ ਹੈ, ਬਾਅਦ ਵਿੱਚ ਸ਼ਕਲ ਦਿੱਤੀ ਜਾਂਦੀ ਹੈ। ਦੋ ਸ਼ਬਦ ਸਾਡੀ ਜ਼ਿੰਦਗੀ 'ਚ ਅਕਸਰ ਆਉਂਦੇ ਨੇ। ਪਹਿਲਾਂ ਕਿਸੇ ਨੂੰ ਡਾਕਟਰ ਵਾਲੀ ਸ਼ਕਲ ਦੇਣੀ ਹੈ ਤਾਂ ਉਸ ਤੋਂ ਪਹਿਲਾਂ ਲੰਮੇਰਾ ਸਮਾਂ ਉਹਨੂੰ ਡਾਕਟਰ ਵਾਲੀ ਅਕਲ ਲੈਣੀ ਪਏਗੀ, ਕਿਉਂਕਿ ਸਾਡੀਆਂ ਅੱਖਾਂ ਤਾਂ ਬਾਹਰ ਹੀ ਦੇਖ ਸਕਦੀਆਂ ਨੇ। ਹੁਣ ਉਹ 15-18 ਸਾਲ 16 ਸਾਲ ਪੜ੍ਹਿਆ, ਉਹਨੇ MD ਦੀ ਡਾਕਟਰੀ MD ਦੀ ਡਿਗਰੀ ਕੀਤੀ, MBBS ਦੀ ਡਿਗਰੀ ਕੀਤੀ, ਤਾਂ ਜਾ ਕੇ ਉਹਦਾ ਐਕਸਪੀਰੀਅੰਸ ਵੀ ਨਾਲ ਹੋਵੇ ਅਤੇ ਉਹਨੂੰ ਡਾਕਟਰ ਦੀ ਇੱਕ ਵਰਦੀ ਮਿਲੀ। ਕੋਈ ਬਹੁਤ ਵੱਡਾ ਪੁਲਿਸ ਆਫਿਸਰ ਲੱਗਿਆ, ਅੱਜ ਉਹਦੇ ਸਟਾਰ ਲੱਗੇ ਨੇ, ਅੱਜ ਉਹਦੀ ਪਗੜੀ 'ਤੇ ਬਹੁਤ ਵਧੀਆ ਨਿਸ਼ਾਨ ਲੱਗਿਆ, ਪਰ ਉਹ ਐਵੇਂ ਨਹੀਂ ਲੱਗਿਆ। ਉਹਨੇ ਬਹੁਤ ਲੰਮੇਰੇ ਸਮੇਂ ਉਹਨੇ ਬਹੁਤ ਭਾਰੀ ਇਗਜ਼ਾਮ ਦਿੱਤੇ ਹੋਏ ਨੇ, ਉਹਨਾਂ 'ਚੋਂ ਪਾਸ ਹੋ ਕੇ ਚੰਗੇ ਨੰਬਰ ਲੈ ਕੇ ਇਹ ਵਰਦੀ ਤੱਕ ਤਾਂ ਪਹੁੰਚਿਆ। ਧਰਮ ਦੀ ਦੁਨੀਆ 'ਚ ਦੌਲਤ ਹੋ ਗਿਆ। ਧਰਮ ਦੀ ਦੁਨੀਆ 'ਚ ਕੀ ਹੋਇਆ ਵੀ ਕਿਸੇ ਅੰਦਰ ਉਹ ਕੁਆਲੀਫਿਕੇਸ਼ਨ ਹੈ ਜਾਂ ਨਹੀਂ, ਉਹ ਲਿਆਕਤ ਹੈ ਜਾਂ ਨਹੀਂ, ਪਰ ਧਰਮ ਦੇ ਚਿੰਨ੍ਹ ਪਾਲੇ। ਹੁਣ ਜੇ ਕੋਈ ਵੈਸੇ, ਤੁਸੀਂ ਆਪ ਸੋਚੋ, ਜੇ ਕੋਈ ਵੈਸੇ ਹੀ ਕਿਸੇ ASI ਦੇ ਜਾਂ PCS ਦੇ ਜਾਂ ਕਿਸੇ ਵੱਡੇ ਆਫਿਸਰ ਦੇ, ਕਿਸੇ ਦੇ ਵੀ ਤੁਸੀਂ ਕਹਿ ਲਓ, ਉਹ ਵਰਦੀ ਪਾ ਕੇ ਰਸਤੇ 'ਚ ਖਲੋ ਜਾਏ ਨਕਲੀ, ਉਹਦੇ ਕੋਲ ਕੁਆਲੀਫਿਕੇਸ਼ਨ ਨਾ ਹੋਵੇ, ਸਰਕਾਰ ਚੁੱਕ ਕੇ ਉਹਨੂੰ ਬੰਦ ਕਰ ਦਿੰਦੀ ਹੈ ਅਤੇ ਦੋਸ਼ੀ ਹੈ। ਜੇ ਕਿਸੇ ਨੇ ਬਕਾਇਦਾ ਉਹ ਕੁਆਲੀਫਿਕੇਸ਼ਨ ਉਹ ਪੂਰੀ ਲਈ ਹੋਈ, ਉਹਦੇ 'ਤੇ ਯੋਗਤਾ ਹੈ, ਉਹਦੇ ਜੀਵਨ ਵਿੱਚ ਇਹ ਦਾਤ ਹੈ, ਤਾਂ ਸੱਚ ਕਰਕੇ ਜਾਣੇ ਉਹ ਸਰਕਾਰ ਉਹਨੂੰ ਸਨਮਾਨਿਤ ਕਰਦੀ ਹੈ। ਜੇ ਉਹਦੇ ਕੋਲ ਅੰਦਰ ਉਹ ਲਿਆਕਤ ਗੁਣ ਵੀ ਨੇ ਅਤੇ ਬਾਹਰੋਂ ਵਰਦੀ ਵੀ ਹੈ, ਸਰਕਾਰ ਉਹਨੂੰ ਸਨਮਾਨਿਤ ਕਰਦੀ ਹੈ, ਕਿਉਂਕਿ ਬਾਹਰੀ ਚਿੰਨ੍ਹ ਵੀ ਉਹੋ ਜਿਹੇ ਨੇ ਅਤੇ ਅੰਦਰ ਜੀਵਨ ਵੀ ਉਹੋ ਜਿਹਾ ਹੀ ਹੈ। ਜਿਹਦੇ ਅੰਦਰ ਉਹ ਜੀਵਨ ਨਹੀਂ, ਜਿਹਦੇ ਅੰਦਰ ਉਹ ਗੁਣ ਨਹੀਂ, ਕੇਵਲ ਬਾਹਰੀ ਵਰਦੀ ਹੈ, ਭਾਵੇਂ ਉਹ ਡਾਕਟਰ ਦੀ ਹੋਵੇ, ਭਾਵੇਂ ਕਿਸੇ ਪੁਲਿਸ ਆਫਿਸਰ ਦੀ ਹੋਵੇ, ਭਾਵੇਂ ਕਿਸੇ ਫੌਜੀ ਦੀ ਹੋਵੇ, ਭਾਵੇਂ ਕਿਸੇ ਕਮਾਂਡਰ ਦੀ ਹੋਵੇ, ਕਿਸੇ ਦੀ ਵੀ ਵਰਦੀ ਲਾ ਲਓ, ਜੇ ਇਕੱਲੀ ਵਰਦੀ ਹੈ ਤਾਂ ਉਹਦੇ ਅੰਦਰ ਉਹ ਗੁਣ ਨਹੀਂ ਅਤੇ ਉਹ ਅਪਰਾਧੀ ਹੈ। ਦੇਖੋ, ਵਰਦੀ ਕੋਈ ਹੈ, ਵਰਦੀ ਕੋਈ ਹੈ, ਉਹ ਕਿਸੇ ਨੂੰ ਅਪਰਾਧੀ ਬਣਾ ਰਹੀ ਹੈ ਅਤੇ ਕਿਸੇ ਨੂੰ ਸਲਾਮਾਂ ਕਰਵਾ ਰਹੀ, ਮੈਡਲ ਦਵਾ ਰਹੀ ਹੈ। ਇਸੇ ਤਰ੍ਹਾਂ ਧਰਮ ਦੀ ਵਰਦੀ ਹੈ। 9 ਪਾਤਸ਼ਾਹੀਆਂ ਨੇ ਸਾਡੇ ਅੰਦਰ ਜੀਵਨ ਦਾ ਕਿਰਦਾਰ ਭਰਿਆ, ਪੂਰਨ ਤੌਰ 'ਤੇ ਕਿਰਦਾਰ ਭਰਿਆ, ਔਰ ਕਿਰਦਾਰ ਵੀ ਏਡਾ ਸ਼ਿਖਰਾਂ ਦਾ ਭਰਿਆ। ਗੁਰੂ ਨੇ ਇੱਕ ਗੱਲ ਆਖੀ, ਕਹਿਣ ਲੱਗੇ, ਪੁੱਤ ਯਾਦ ਰੱਖੀ, ਇਸ ਜੀਵਨ ਵਿੱਚ ਮੈਂ ਖੁਦ ਨੇ ਤੇਰੇ ਅੰਦਰ ਬੈਠਣਾ, ਮੈਂ ਖੁਦ ਨੇ ਤੇਰੇ ਅੰਦਰ ਬੈਠਣਾ,
ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਗੁਰੂ ਅੰਗਦ ਸਾਹਿਬ ਦੇ ਅੰਦਰ ਆਪਣੀ ਜੋਤ ਰੱਖੀ ਤਾਂ ਬਕਾਇਦਾ ਇਹ ਬਚਨ ਆਖੇ, ਲਹਿਣੇ ਦੀ ਫਰਾਈ ਹੈ ਨਾਨਕਾ ਦੋਹੀ ਖੱਟੀ ਹੈ, ਜੋਤ ਉਹਾ ਜੁਗਤ ਸਾਏ ਸ਼ਹਿ ਕਾਇਆ ਫਿਰ ਪਲਟੀ ਹੈ, ਸ਼ਹਿ ਨੇ ਕੇਵਲ ਕਾਇਆ ਪਲਟੀ ਹੈ। ਬਾਬਾ ਗੋਰ ਨਾ ਮੜੀ, ਬਾਬਾ ਗੋਰਾਂ ਵਿੱਚ ਨਹੀਂ ਹੈ, ਮੜੀਆਂ 'ਚ ਨਹੀਂ ਹੈ, ਗੁਰੂ ਅੰਗਦ ਕਹੀਏ ਮਾਹੇ, ਗੁਰੂ ਅੰਗਦ ਸਾਹਿਬ ਜੀ ਦੇ ਹਿਰਦੇ 'ਚ ਹੈ, ਗੁਰੂ ਨਾਨਕ ਸਾਹਿਬ ਬੈਠੇ ਨੇ ਗੁਰੂ ਅੰਗਦ ਸਾਹਿਬ ਜੀ ਦੇ ਹਿਰਦੇ ਵਿੱਚ। ਇਹਦਾ ਮਤਲਬ ਜੋ ਲਿਆਕਤ, ਜੋ ਸਮਝ, ਜੋ ਗੁਰਤਾ ਗੱਦੀ, ਜੋ ਸਨਮਾਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਹੈ, ਉਹੀਓ ਮਾਨ ਸਨਮਾਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਹੈ, ਕਿਉਂਕਿ ਅੰਦਰੋਂ ਇੱਕ ਨੇ, ਉਹਨਾਂ ਨੂੰ ਉਹੋ ਜਿਹੀ ਵਰਦੀ ਪਾਉਣ ਦਾ ਹੱਕ ਹੈ। ਨੌ ਪਾਤਸ਼ਾਹੀਆਂ ਨੇ ਸਾਡੇ ਜੀਵਨ ਵਿੱਚ ਦਸਵੇਂ ਪਾਤਸ਼ਾਹ ਤੱਕ ਇਹ ਬਚਨ ਆਖੇ, ਪੁੱਤ ਮੈਂ ਤੇਰੇ ਅੰਦਰ ਨਿਵਾਸ ਕਰਨਾ ਚਾਹੁੰਦਾ, ਪਰ ਤੇਰੇ ਅੰਦਰ ਨਿਵਾਸ ਕਰਦਿਆਂ ਯਾਦ ਰੱਖੀ ਫਿਰ ਤੂੰ ਬੋਰਡ ਬਾਹਰ ਲਾਈ, ਫਿਰ ਤੂੰ ਬਾਹਰ ਬੋਰਡ ਲਾਈ। ਤੁਸੀਂ ਕਦੇ ਇਹੋ ਜਿਹਾ ਨਹੀਂ ਦੇਖਿਆ ਹੋਵੇਗਾ, ਬਾਹਰ ਬੋਰਡ ਲੱਗਿਆ ਹੋਇਆ, ਅੰਦਰ ਉਹੋ ਜਿਹਾ ਹੀ ਸਮਾਨ ਮਿਲਦਾ ਹੋਵੇਗਾ। ਇਹ ਨਹੀਂ ਵੀ ਸਮਾਨ ਅੰਦਰੋਂ ਕੋਈ ਹੋਰ ਮਿਲਦਾ ਹੋਵੇ, ਬਾਹਰੋਂ ਕੋਈ ਹੋਰ ਮਿਲਦਾ ਹੋਵੇ। ਇੱਕੋ ਜਿਹੀ ਤਾਤ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਮੇਰੇ ਮਾਲਕ ਨੇ ਰਹਿਮਤ ਕੀਤੀ। ਕਹਿਣ ਲੱਗੇ, ਪੁੱਤਵੇ ਤੇਰੇ ਵੀ ਜੀਵਨ ਦੇ ਅੰਦਰ ਮੈਂ ਬਾਹਰਲੇ ਧਾਰਮਿਕ ਚਿੰਨ੍ਹ ਉਹ ਦੇਣਾ ਚਾਹੁੰਦਾ ਜਿਨ੍ਹਾਂ ਦੇ ਅੰਦਰ ਵੀ ਉਹ ਜੀਵਨ ਹੋਵੇ। ਸਤਿਗੁਰਾਂ ਕਿਰਪਾ ਕੀਤੀ, ਜੋਗੀ ਨੂੰ ਸਵਾਲ ਕੀਤਾ। ਵੈਸੇ ਤਾਂ ਇਹ ਸਮੁੱਚੀ ਮਾਨਵਤਾ ਲਈ ਹੈ, ਸਤਿਗੁਰੂ ਜੀ ਨੇ ਸਭ ਨੂੰ ਕਿਹਾ ਸੀ, ਕੇਵਲ ਇੱਕ ਨੂੰ ਨਹੀਂ। ਜੇ ਹਿੰਦੂ ਵੀਰ ਕੋਲ ਗਏ ਤਾਂ ਉਹਨੂੰ ਵੀ ਸਮਝਾਇਆ, ਕਹਿਣ ਲੱਗੇ ਭਲਿਆ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਨ ਲੱਗੈ ਨਾ ਇਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ। ਕਹਿਣ ਲੱਗੇ ਜੇ ਤੇਰੇ ਜੀਵਨ ਅੰਦਰ ਉਹ ਸੱਚ ਹੈ, ਤੇਰੇ ਕੋਲ ਜਨੇਊ ਦੇ ਨਾਲ ਨਾਲ ਦਇਆ ਹੈ, ਫਿਰ ਤਾਂ ਮੁਬਾਰਕ ਹੈ। ਜੱਟ ਦੀਆਂ ਗੰਢਾਂ ਨੇ ਸੱਤ ਦਾ ਵੱਟ ਹੈ, ਮੁਬਾਰਕ ਤੇਰਾ ਪਾਇਆ ਹੋਇਆ ਜਨੇਊ। ਜਨੇਊ ਮਾੜਾ ਨਹੀਂ, ਜਨੇਊ ਦੇ ਪਿੱਛੇ ਉਹ ਜੀਵਨ ਵੀ ਹੋਣਾ ਚਾਹੀਦਾ। ਸਤਿਗੁਰੂ ਜੀ ਨੇ ਮੁਸਲਮਾਨ ਨੂੰ ਵੀ ਬਚਨ ਬਖਸ਼ਿਸ਼ ਕੀਤੇ, ਮਿਹਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ। ਕਹਿਣ ਲੱਗੇ ਜੇ ਤੇਰੇ ਅੰਦਰ ਮਸੀਤ ਜਾਣ ਵਾਲੇ ਆ, ਮਿਹਰ ਹੀ ਪੈਦਾ ਨਾ ਹੋਈ, ਕੰਧੇ 'ਤੇ ਪਰਨਾ ਰੱਖਣ ਵਾਲੇ ਆ, ਜੇ ਤੇਰੇ ਅੰਦਰ ਸਿਦਕ ਹੀ ਪੈਦਾ ਨਾ ਹੋਇਆ। ਬਲਕਿ ਇੱਕ ਬੜਾ ਪਿਆਰਾ ਬਚਨ ਹੈ ਸ਼ੇਖ ਫਰੀਦ ਜੀ ਦਾ, ਫਰੀਦਾ ਕੰਨ ਮਸੱਲਾ ਸੂਪ ਗਲ ਦਿਲ ਕਾਤੀ ਗੁੜਬਾਤ, ਬਾਹਰ ਦੀਸਾ ਚਾਨਣ ਦਿਲ ਅੰਧਿਆਰੀ ਰਾਤ। ਕਹਿੰਦੀ ਮੇਰੇ ਅੰਦਰ ਉਹ ਨਹੀਂ ਜੋ ਬਾਹਰੀ ਪਹਿਰਾਵਾ। ਕਿੱਡੇ ਪਿਆਰੇ ਬੋਲ ਨੇ ਸਤਿਗੁਰੂ ਜੀ ਦੀ ਬਾਣੀ ਦੇ। ਕੇਵਲ ਮੁਸਲਮਾਨ ਨੂੰ ਇਹ ਨਹੀਂ, ਮੈਂ ਬਲਕਿ ਇੱਥੋਂ ਤੱਕ ਬੇਨਤੀ ਕਰਦੇ ਸਿੱਖ ਦੇ ਜੀਵਨ ਦੀ ਵੀ ਉਹੀ ਕਹਾਣੀ ਹੈ। ਜੇ ਤੇਰੇ ਕੋਲ ਪੰਜ ਕਕਾਰ ਨੇ, ਤੇਰਾ ਜੀਵਨ ਉਸ ਕਕਾਰਾਂ ਦੇ ਮੁਤਾਬਕ ਨਹੀਂ, ਜੇ ਤੇਰੇ ਅੰਦਰ ਉਹ ਰਹਿਣੀ ਨਹੀਂ ਤਾਂ ਸੱਚ ਕਰਕੇ ਜਾਣੀ ਭੁਲੇਖੇ ਵਿੱਚ ਨਾ ਪਵੀਂ। ਗੁਰੂ ਨੇ ਸਪਸ਼ਟ ਬਚਨ ਆਖ ਦਿੱਤੇ ਸਨ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ, ਉਹ ਠਾਕੁਰ ਮੈਂ ਉਸਕਾ ਚਿਹਰਾ। ਦੋ ਤਰ੍ਹਾਂ ਦੇ ਪਾਠ ਹੁੰਦੇ ਨੇ, ਗੱਲ ਵੱਖਰੀ ਹੈ। ਸਾਹਿਬ ਨੇ ਲੋਕਾਂ ਨੂੰ ਇਹ ਗੱਲ ਆਖੀ ਸੀ, ਕਹਿਣ ਲੱਗੇ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਡੋਣਾ ਜਾਣਾ। ਬਾਹਰਲੇ ਤੇਰੇ ਚਿੰਨ੍ਹ ਜਿਹੜੇ ਨੇ
ਜੇ ਉਹ ਦੱਸਦੇ ਨੇ ਵੀ ਤੇਰੇ ਅੰਦਰ ਇਹ ਗੁਣ ਹੋਣਗੇ ਤਾਂ ਤੇਰੇ ਅੰਦਰ ਉਹ ਗੁਣ ਵੀ ਹੋਣੇ ਚਾਹੀਦੇ ਨੇ। ਅਗਲੀ ਗੱਲ ਕਹਿ ਕੇ ਆਪਾਂ ਫਿਰ ਤੁਹਾਡੀ ਵੱਲ ਆਈਏ। ਬੜੇ ਧਿਆਨ ਨਾਲ ਸੁਣਿਓ, ਮੈਂ ਇੱਕ ਬੇਨਤੀ ਕਰਨ ਲੱਗਾ। ਸਭ ਤੋਂ ਪਹਿਲਾਂ ਮਨੁੱਖ ਦੇ ਜੀਵਨ ਵਿੱਚ ਚਿੰਨਾਤਮਕ ਬੋਲੀ ਪੈਦਾ ਹੋਈ ਹੈ, ਅੱਖਰਾਂ ਦੀ ਬੋਲੀ ਬਾਅਦ ਵਿੱਚ ਪੈਦਾ ਹੋਈ ਹੈ, ਚਿੰਨਾਤਮਕ ਬੋਲੀ ਪਹਿਲਾਂ ਪੈਦਾ ਹੋਈ ਹੈ। ਜਦੋਂ ਤੁਸੀਂ ਕਿਸੇ ਨੂੰ ਅੱਜ ਵੀ ਸਮਝਾ ਨਾ ਸਕੋ, ਦੋ ਵੱਖੋ ਵੱਖਰੀਆਂ ਭਾਸ਼ਾਵਾਂ ਵਾਲੇ ਲੋਕ ਮਿਲ ਜਾਣ, ਮੰਨ ਲਓ ਇੱਕ ਚਾਈਨੀਜ਼ ਬੋਲਦਾ ਅਤੇ ਆਪਾਂ ਪੰਜਾਬੀ ਬੋਲਦੇ ਹਾਂ, ਦੋ ਬੰਦੇ ਮਿਲ ਜਾਣ, ਅੱਜ ਵੀ ਉਹ ਬਿਨਾਂ ਬੋਲਿਆਂ ਇਸ਼ਾਰਿਆਂ ਦੀ ਭਾਸ਼ਾ ਨਾਲ ਸਮਝਾ ਲੈਂਦੇ ਨੇ। ਹਰ ਮਨੁੱਖ ਹੀ ਪਹਿਲੀ ਜਿਹੜੀ ਬੋਲੀ ਬੋਲਦਾ ਉਹ ਇਸ਼ਾਰਿਆਂ ਦੀ ਬੋਲੀ ਬੋਲਦਾ। ਤੁਸੀਂ ਕਦੇ ਦੇਖਿਓ, ਮਾਂ ਜਿਹੜੀ ਹੈ ਉਹ ਬੱਚੇ ਦੇ ਅੰਦਾਜ਼ੇ ਲਾ ਲੈਂਦੀ ਹੈ, ਬੱਚੇ ਦੇ ਅੰਦਾਜ਼ੇ ਲਾ ਲੈਂਦੀ ਹੈ। ਬੱਚਾ ਕੁਝ ਇਸ਼ਾਰੇ ਕਰਦਾ, ਮਾਂ ਸਮਝ ਲੈਂਦੀ ਵੀ ਇਹ ਆਹ ਕੁਝ ਮੰਗ ਰਿਹਾ। ਕੋਈ ਬਾਹਰੋਂ ਮਹਿਮਾਨ ਆਇਆ ਹੋਵੇ, ਉਹ ਇਹ ਤਾਂ ਕਹਿ ਦਿੰਦਾ ਵੀ ਇਹਨੂੰ ਪੁੱਛੋ ਵੀ ਕੀ ਮੰਗ ਰਿਹਾ। ਮਾਂ ਝੱਟ ਸਮਝ ਲੈਂਦੀ ਹੈ, ਕਿਉਂਕਿ ਮਾਂ ਨੂੰ ਉਹਦੇ ਇਸ਼ਾਰਿਆਂ ਦੀ ਬੋਲੀ ਆਉਂਦੀ ਹੈ। ਪਹਿਲਾਂ ਚਿੰਨਾਤਮਕ ਬੋਲੀ ਬੋਲੀ ਜਾਂਦੀ ਹੈ। ਦੂਜੀ ਗੱਲ ਕਰਦੇ ਹਾਂ, ਬੜੇ ਧਿਆਨ ਵਿੱਚ ਰੱਖਿਓ, ਅੱਜ ਤਾਂ ਸਿਸਟਮ ਹੀ ਇਹ ਆ, ਅੱਜ ਤਾਂ ਜ਼ਿਆਦਾ ਆਮ ਅੱਖਰਾਂ ਨਾਲੋਂ ਚਿੰਨਾਤਮਕ ਬੋਲੀ ਬਹੁਤੀ ਬੋਲੀ ਜਾਂਦੀ ਹੈ। ਚਿੰਨ੍ਹਾਂ ਦੀ ਬੋਲੀ, ਨਿਸ਼ਾਨਾਂ ਦੀ ਬੋਲੀ ਉਹ ਜ਼ਿਆਦਾ ਬੋਲੀ ਜਾਂਦੀ ਹੈ। ਓਬਜੈਕਟਿਵ ਟਾਈਪ ਪੇਪਰ ਆਉਂਦੇ ਨੇ, ਤੁਸੀਂ ਯੈਸ ਜਾਂ ਨੋ ਕਰਨਾ, ਉਹ ਦੋਏ ਸਹਿਨ ਨੇ, ਕਰੋਸ ਪਾਤਾ ਨੋ ਹੋ ਗਈ, ਇਸ ਸਿਹਾਈ ਪਾਤੀ ਅਤੇ ਉਹ ਸਹੀ ਹੋ ਗਿਆ। ਉਹ ਚਿੰਨ੍ਹ ਨੇ, ਤੁਹਾਡੇ ਚਿੰਨ੍ਹ ਹੀ ਦੱਸਦੇ ਨੇ ਵੀ ਤੁਸੀਂ ਕੀ ਪੜ੍ਹਿਆ ਹੋਇਆ। ਜੇ ਸਹੀ ਨੂੰ ਸਹੀ ਪਾਇਆ ਤਾਂ ਇਹਦਾ ਮਤਲਬ ਇੰਨਾ ਕੁ ਚਿੰਨ੍ਹ ਤੁਹਾਡੇ ਖਾਤੇ 'ਚ ਨੰਬਰ ਜਮ੍ਹਾਂ ਕਰਵਾ ਦੇਗਾ। ਜੇ ਚਿੰਨ੍ਹ ਗਲਤ ਪਾ ਦਿੱਤਾ, ਅੰਸਰ ਗਲਤ ਹੋ ਗਿਆ, ਤਾਂ ਉਹ ਨੰਬਰ ਕਟਵਾ ਸਕਦਾ। ਚਿੰਨ੍ਹ ਹੀ ਨੇ ਨਾ, ਕਰੋਸ ਮਾਰ ਦਿਓ ਇੱਕ ਚਿੰਨ੍ਹ ਹੈ, ਜਿੰਨੇ ਵੀ ਨੇ ਊੜਾ ਹੈ ਇਹ ਇੱਕ ਆਵਾਜ਼ ਦਾ ਚਿੰਨ੍ਹ ਹੈ, ਇਹ ਹੈ ਇੱਕ ਆਵਾਜ਼ ਦਾ ਚਿੰਨ੍ਹ ਹੈ। ਅਸੀਂ ਸਾਰਾ ਕੁਝ ਜਿੰਨੀ ਭਾਸ਼ਾ ਬਣਾਈ ਹੈ ਇਹ ਚਿੰਨ੍ਹ ਹੀ ਨੇ, ਇਹ ਸਿੰਬਲ ਹੀ ਨੇ। ਇਸੇ ਤਰ੍ਹਾਂ ਧਰਮ ਦੀ ਦੁਨੀਆ 'ਚ ਵੀ ਕੁਝ ਸਿੰਬਲ ਨੇ, ਧਰਮ ਦੀ ਦੁਨੀਆ 'ਚ ਵੀ ਕੁਝ ਇਹੋ ਜਿਹੇ ਚਿੰਨ੍ਹ ਨੇ। ਹੁਣ ਬੰਦੇ ਨੇ ਚਿੰਨ੍ਹ ਤਾਂ ਪਾ ਲਏ ਪਰ ਧਰਮ ਨਹੀਂ ਕਮਾਇਆ। ਮੈਂ ਆਪਣੀ ਗੱਲ ਵੱਲ ਵਾਪਸ ਆ ਜਾ, ਸੋਦਰ ਤਾਂ ਤੇਰਾ ਖੁੱਲ੍ਹਾ, ਇੱਥੇ ਆਇਆਂ ਨੂੰ ਸਨਮਾਨ ਮਿਲਦਾ, ਇੱਥੇ ਬੈਠ ਕੇ ਕੋਈ ਰੱਬੀ ਯਾਦ ਵਿੱਚ ਜੁੜ ਸਕਦਾ, ਇਹ ਕੁਦਰਤ ਵਿੱਚੋਂ ਕਾਦਰ ਨੂੰ ਲੱਭ ਸਕਦਾ। ਪਰ ਉਹਨੂੰ ਕੰਮ ਇੱਕ ਕਰਨਾ ਪਏਗਾ, ਉਹਨੂੰ ਆਪਣਾ ਜੀਵਨ ਵੈਸਾ ਬਣਾਉਣਾ ਪਏਗਾ। ਪਰ ਆਪਾਂ ਕੀ ਕਰਨੇ ਹੈ, ਸਾਡੀਆਂ ਅੱਖਾਂ ਬਾਹਰ ਦੇਖ ਸਕਦੀਆਂ ਨੇ, ਅੰਦਰ ਤਾਂ ਕਿਸੇ ਦੇ ਦੇਖ ਨਹੀਂ ਸਕਦੀਆਂ। ਫਿਰ ਅਸੀਂ ਕੀ ਕਰਨੇ ਹੈ, ਅਸੀਂ ਬਾਹਰਲੇ ਚਿੰਨ੍ਹ ਪਹਿਲਾਂ ਬਣਾ ਲੈਂਦੇ ਹਾਂ, ਅੰਦਰ ਜੀਵਨ ਉਹ ਜਿਹਾ ਬਣਾਉਂਦੇ ਨਹੀਂ, ਅੰਦਰ ਜੀਵਨ ਉਹ ਜਿਹਾ ਬਣਾਉਂਦੇ ਨਹੀਂ। ਚਿੰਨ੍ਹ ਤਾਂ ਨੇ ਸਾਡੇ ਕੋਲ ਪਰ ਉਹ ਜਿਹਾ ਜੀਵਨ ਨਹੀਂ ਹੈ। ਜੀਵਨ ਕਿਸੇ ਵਿਰਲੇ ਕੋਲ ਹੁੰਦਾ, ਚਿੰਨ੍ਹ ਬਹੁਤੇ ਲੋਕਾਂ ਕੋਲ ਹੁੰਦਾ। ਫੈਸਲਾ ਮੇਰਾ ਨਹੀਂ ਹੈ, ਮੈਂ ਫੈਸਲਾ ਕਰਾਂਗਾ ਤਾਂ ਕਿਤੇ ਨਾ ਕਿਤੇ ਠੋਕਰ ਲੱਗ ਜਾਏਗੀ। ਗੁਰਦੇਵ ਕੋਲੋਂ ਪੁੱਛ ਲਈਏ, ਸਾਹਿਬ ਜੀ ਆਖਦੇ ਨੇ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ, ਜਿਹਦੇ ਚਿੱਤ ਵਿੱਚ ਨਿਰੰਕਾਰ ਵਸਿਆ ਹੋਇਆ ਇਹੋ ਜਿਹਾ ਕਰੋੜਾਂ ਵਿੱਚੋਂ ਕੋਈ ਬਿਰਲਾ ਹੁੰਦਾ। ਰੱਬ ਦੇ ਘਰ ਹਰ ਬੰਦਾ ਨਹੀਂ ਜਾਂਦਾ, ਤੁਰੇ ਹੋਏ ਬਹੁਤ ਲੋਕ ਨੇ, ਰਾਹੀ ਬਹੁਤ ਲੋਕ ਨੇ। ਆਓ ਸ਼ਬਦ ਵੱਲ ਜੁੜੀਏ, ਕੋਸ਼ਿਸ਼ ਹੈ ਮੇਰੀ ਆਪਾਂ ਦੋ ਪੌੜੀਆਂ ਦੀ ਵਿਚਾਰ ਸਾਂਝੀ ਕਰ ਸਕੀਏ। ਮੁੰਦਾ ਸੰਤੋਖ
ਜੋਗੀ ਨਾਲ ਗੱਲ ਹੋ ਰਹੀ ਹੈ। ਜੋਗੀ ਕੀ ਕਰਦਾ ਹੈ, ਜਦੋਂ ਕਿਸੇ ਕੋਲੋਂ ਗਿਆਨ ਲੈਣਾ, ਕਿਸੇ ਦਾ ਉਹਨੇ ਚੇਲਾ ਬਣਨਾ, ਤਾਂ ਉਸ ਦਿਨ ਉਹਦੇ ਕੰਨ ਪਾੜ ਕੇ ਉਹਦੇ ਵਿੱਚ ਮੁੰਦਰ ਪਾ ਦਿੱਤੀ ਜਾਂਦੀ ਹੈ। ਉਹਦਾ ਅਰਥ ਇਹ ਹੁੰਦਾ ਹੈ ਵੀ ਮੈਂ ਆਪਣੇ ਕੰਨਾਂ ਵਿੱਚ ਅੱਜ ਤੋਂ ਬਾਅਦ ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਗੱਲ ਪਹਿਣ ਨਹੀਂ ਦਿਆਂਗਾ, ਮੈਂ ਪਹਿਰਾ ਦਿਆਂਗਾ ਇਸ ਗੱਲ 'ਤੇ ਵੀ ਮੇਰੇ ਕੰਨਾਂ ਵਿੱਚ ਮੇਰੇ ਗੁਰੂ ਦੀ ਹੀ ਗੱਲ ਪਵੇ ਜਿਹਦੀਆਂ ਮੈਂ ਪਾੜ ਕੇ ਮੁੰਦਰਾਂ ਪਾਈਆਂ ਨੇ। ਕੰਨਾਂ 'ਤੇ ਪਹਿਰਾ ਦੇਣਾ ਹੈ, ਕਿਉਂਕਿ ਜਦੋਂ ਵੀ ਉਪਦੇਸ਼ ਦਿੱਤਾ ਜਾਂਦਾ ਉਹ ਕੰਨ ਵਿੱਚ ਦਿੱਤਾ ਜਾਂਦਾ। ਗੁਰਦੇਵ ਨੇ ਵੀ ਪਹਿਲਾਂ ਗੱਲ ਸੁਣੇ ਦੀ ਕੀਤੀ ਹੈ, ਚਾਰ ਪੌੜੀਆਂ ਸੁਣੇ ਦੀਆਂ ਨੇ, ਕਿਉਂਕਿ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਉਹ ਸਿੱਖਾਂ ਨੇ ਕੰਨਾਂ ਨਾਲ ਸੁਣਿਆ। ਉਪਦੇਸ਼ ਕੰਨ ਵਿੱਚ ਹੀ ਦਿੱਤਾ ਜਾਂਦਾ, ਭਾਵ ਕੰਨਾਂ ਨਾਲ ਹੀ ਸੁਣਿਆ ਜਾਂਦਾ। ਸਭ ਤੋਂ ਪਹਿਲਾਂ ਜੀਵਨ ਦੀ ਸ਼ੁਰੂਆਤ ਹੀ ਕੰਨਾਂ ਤੋਂ ਹੁੰਦੀ ਹੈ, ਬੋਲਦਾ ਤਾਂ ਬਾਅਦ ਵਿੱਚ ਹੈ ਨਾ, ਜ਼ਬਾਨੋਂ ਤਾਂ ਤਦ ਹੀ ਬੋਲੇਗਾ ਨਾ ਜੇ ਗੁਰੂ ਦਾ ਪਹਿਲਾਂ ਉਪਦੇਸ਼ ਸੁਣੇਗਾ। ਤਾਂ ਜੋਗੀ ਲੋਕ ਕੀ ਕਰਦੇ ਸਨ, ਕੰਨ ਪਾੜ ਕੇ ਮੁੰਦਰ ਪਾ ਦੇਣ ਦਾ ਅਰਥ ਸੀ ਭਈ ਇਹਦੇ ਕੰਨਾਂ ਵਿੱਚ ਕਿਸੇ ਨੇ ਉਪਦੇਸ਼ ਦਿੱਤਾ ਹੋਇਆ, ਉਹਨੇ ਹੁਣ ਮੁੰਦਰਾਂ ਤਾਂ ਪਾ ਲਈਆਂ, ਉਪਦੇਸ਼ ਦਾ ਧਾਰਨ ਹੀ ਨਾ ਹੋਇਆ। ਅੱਗੇ ਅੱਗੇ ਆਪਾਂ ਗੱਲ ਕਰਾਂਗੇ ਜਿਉਂ ਜਿਉਂ ਗੱਲ ਚੱਲੇਗੀ। ਪਹਿਲਾਂ ਮੈਂ ਸਾਰੇ ਚਿੰਨ੍ਹਾਂ ਦੀ ਗੱਲ ਕਰਦਾ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਸ਼ਰਮ ਦਾ ਅਰਥ ਹੁੰਦਾ ਮਿਹਨਤ, ਪਤ ਦਾ ਅਰਥ ਹੁੰਦਾ ਪਾਤਰ ਭਾਵ ਭਾਂਡਾ, ਝੋਲੀ ਦਾ ਅਰਥ ਹੁੰਦਾ ਜਿਹੜੀ ਉਹਨੇ ਕੰਧੇ 'ਤੇ ਲਟਕਾਈ ਹੈ। ਜੋਗੀ ਕੀ ਕਰਦਾ, ਇੱਕ ਖੱਪਰ ਆਪਣੇ ਹੱਥ ਵਿੱਚ ਰੱਖਦਾ, ਲੋਕਾਂ ਦੇ ਕੋਲੋਂ ਖਾਲੀ ਖੱਪਰ ਦਿਖਾ ਕੇ ਮੰਗਦਾ। ਜਦੋਂ ਉਹ ਖੱਪਰ ਭਰ ਜਾਂਦਾ ਉਹਨੂੰ ਆਪਣੀ ਝੋਲੀ ਵਿੱਚ ਉਲਟਾ ਲੈਂਦਾ, ਫਿਰ ਖੱਪਰ ਖਾਲੀ ਦਾ ਖਾਲੀ, ਖੱਪਰ ਖਾਲੀ ਦਾ ਖਾਲੀ, ਉਹ ਖਾਲੀ ਖੱਪਰ ਲੈ ਕੇ ਰੋਜ਼ ਘੁੰਮਦਾ, ਝੋਲੀ ਭਰ ਲੈਂਦਾ ਪਰ ਖੱਪਰ ਖਾਲੀ ਹੈ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ। ਹਜੇ ਮੈਂ ਇਹਦੇ ਅਰਥ ਦੁਬਾਰੇ ਕਰਨੇ ਨੇ, ਬੜੀ ਪਕੜ ਵਿੱਚ ਰੱਖਿਓ ਅੱਜ ਦੀ ਗੱਲ ਨੂੰ, ਕਿਉਂਕਿ ਕਈ ਵਾਰੀ ਸਮਝਾਉਣੀ ਬੜੀ ਇਹ ਡੀਪ ਗੱਲਾਂ ਨੇ ਸਤਿਗੁਰੂ ਜੀ ਦੀ ਬਾਣੀ ਦੀਆਂ, ਆਪਾਂ ਨੂੰ ਕਈ ਵਾਰੀ ਸਮਝਾਉਣ ਲੱਗੇ ਹਾਂ, ਗੁਰੂ ਅੱਗੇ ਬੇਨਤੀ ਕਰਨੀ ਪੈਂਦੀ ਹੈ। ਧਿਆਨ ਕੀ ਕਰੇ ਵਿਭੂਤ, ਹੁਣ ਜੋਗੀ ਸੀ ਜਿਹੜਾ ਉਹ ਆਪਣੇ ਸਰੀਰ ਦੇ ਉੱਤੇ ਸਵਾਹ ਮਲ ਲੈਂਦਾ ਸੀ। ਸਵਾਹ ਮਲਣ ਦੇ ਦੋ ਕਾਰਨ ਹੁੰਦੇ ਸਨ। ਨੰਬਰ ਇੱਕ, ਪਹਿਲਾ ਕਾਰਨ ਇਹ ਹੁੰਦਾ ਸੀ ਵੀ ਮੈਂ ਸਰੀਰ 'ਤੇ ਸਵਾਹ ਤਾਂ ਮਲਦਾ ਹੈ ਜਦੋਂ ਮੈਂ ਕਿਸੇ ਦੇ ਘਰ ਮੰਗਣ ਜਾਵਾਂ ਤਾਂ ਮੇਰੀ ਸੁਹੱਪਣ ਕਿਸੇ ਨੂੰ ਆਕਰਸ਼ਿਤ ਨਾ ਕਰੇ, ਮੇਰੀ ਸੁਹੱਪਣ ਦੇਖ ਕੇ ਕੋਈ ਆਕਰਸ਼ਿਤ ਨਾ ਹੋਵੇ, ਮੈਂ ਆਪਣੇ ਆਪ ਨੂੰ ਸਵਾਹ ਵਿੱਚ ਮਲ ਕੇ ਰੂਪ ਤੋਂ ਕੁਰੂਪ ਬਣਾ ਲਵਾਂ, ਅਤੇ ਉਹ ਇਸ ਲਈ ਸਵਾਹ ਮਲਦਾ। ਦੂਜੀ ਗੱਲ, ਉਹ ਇੱਕ ਸੁਨੇਹਾ ਦੇਣਾ ਚਾਹੁੰਦਾ ਭਈ ਆਖਰ ਨੂੰ ਤਾਂ ਮਨੁੱਖ ਨੇ ਰਾਖ ਹੀ ਹੋਣਾ ਹੈ ਨਾ, ਮੈਂ ਪਹਿਲਾਂ ਹੀ ਰਾਖ ਮਲ ਲਈ, ਭਾਵ ਮੈਂ ਪਹਿਲਾਂ ਹੀ ਸੋਚ ਲਿਆ ਵੀ ਮੇਰਾ ਤਾਂ ਜੀਵਨ ਹੀ ਇਹ ਸਮਝ ਲਿਆ ਮੈਂ ਅੱਜ ਤੋਂ ਬਾਅਦ ਵੀ ਇਹ ਰਾਖ ਹੀ ਹੈ, ਇਹਦੇ ਉੱਤੇ ਕਿਸੇ ਚੀਜ਼ ਦਾ ਅਸਰ ਹੀ ਨਾ ਹੋਵੇ। ਤੁਸੀਂ ਦੇਖਿਆ ਹੋਵੇਗਾ ਜਿਹੜਾ ਮੁਰਦਾ ਸਪੁਰਦੇ ਖਾਕ ਸਪੁਰਦੇ ਰਾਖ ਹੋ ਜਾਏ ਉਹਦੇ ਉੱਤੇ ਕੋਈ ਅਸਰ ਨਹੀਂ। ਮੜੀਆਂ 'ਚ ਥੋੜ੍ਹਾ ਬਹਿਣ ਪੈਂਦੇ ਨੇ, ਮੜੀਆਂ 'ਚ ਥੋੜ੍ਹਾ ਹਾਸੇ ਹੁੰਦੇ ਨੇ, ਮੜੀਆਂ 'ਚ ਥੋੜ੍ਹਾ ਗਾਉਣ ਲੱਗਦੇ ਨੇ,
ਉੱਥੇ ਦਾ ਮਤਲਬ ਹੈ ਵੀ ਉੱਥੇ ਰੋਗ ਸ਼ੋਗ ਉੱਥੇ ਕੋਈ ਵੀ ਅਸਰ ਨਹੀਂ, ਮੇਰੇ ਉੱਤੇ ਕਿਸੇ ਦੀ ਗੱਲ ਦਾ ਕੋਈ ਅਸਰ ਨਹੀਂ, ਕੋਈ ਮੈਨੂੰ ਚੰਗਾ ਕਵੇ ਕੋਈ ਬੁਰਾ ਕਵੇ, ਮੇਰੇ ਉੱਤੇ ਕੋਈ ਅਸਰ ਨਹੀਂ। ਇਹ ਸਵਾ ਮਲਣ ਦਾ ਅਰਥ ਹੁੰਦਾ ਸੀ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਖਿੰਥਾ ਦਾ ਮਤਲਬ ਹੁੰਦਾ ਹੈ ਭਈ ਜਿਹਨੂੰ ਰੱਖ ਕੇ ਜੋਗੀ ਆਸਣ ਲਾਉਂਦਾ ਜਾਂ ਪੈਂਦਾ ਜਾਂ ਸੌਂਦਾ, ਉਹ ਜਦੋਂ ਇਹ ਇਸ ਆਸਣ ਨੂੰ ਲਾਉਂਦਾ ਉਹਦੀ ਕੋਈ ਜਿਹੜੀ ਖਿੰਥਾ ਹੈ ਨਾ, ਉਹ ਵਿਛਾਉਣ ਵਾਲਾ ਕੱਪੜਾ ਕਹਿ ਲਓ, ਉਹ ਜਿਹੜਾ ਕੱਪੜਾ ਹੈ ਉਹ ਕਿਸੇ ਆਰਾਮਦਾਇਕ ਨਹੀਂ ਹੁੰਦਾ। ਜਿਹੜੀਆਂ ਫਟੀਆਂ ਪੁਰਾਣੀਆਂ ਲੀਰਾਂ ਮਿਲੀਆਂ ਉਹਨੇ ਉਹਨੂੰ ਜੋੜ ਕੇ ਉਹਨੂੰ ਸੀ ਲਿਆ ਅਤੇ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ, ਉਹਨੇ ਉਹ ਖਿੰਥਾ ਬਣਾ ਲਈ। ਉਸ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਜੀਵਨ ਨੂੰ ਨਿਰਸ਼ੋ ਰੱਖਿਆ, ਸ਼ੋਨ ਇਹਨੂੰ ਨਾ ਕਾਮ ਕ੍ਰੋਧ ਲੋਹ ਮੋਹ ਹੰਕਾਰ ਮੋਹ ਮਮਤਾ ਦੁਨੀਆਂ ਦਾ ਕੁਛ ਵੀ ਨਾ ਸ਼ੂਬੇ, ਇਸ ਲਈ ਛੱਡ ਕੇ ਸਾਰਿਆਂ ਨੂੰ ਉਹ ਜੰਗਲਾਂ 'ਚ ਚਲਾ ਗਿਆ। ਇਹ ਮੈਂ ਹਜੇ ਯੋਗ ਮਤ ਦੀ ਗੱਲ ਕਰ ਰਿਹਾ ਤੁਹਾਡੇ ਨਾਲ। ਡੰਡਾ ਪ੍ਰਤੀਤ, ਹੁਣ ਆਮ ਬੱਸਾਂ ਦੇ ਵਿੱਚ ਜਿਹੜੇ ਆਪਾਂ ਲੋਕ ਫਿਰਨੇ ਵਿਚਰਦੇ ਹਾਂ, ਸਾਨੂੰ ਦੇਖ ਕੇ ਕੁੱਤੇ ਨਹੀਂ ਭੌਂਕਦੇ, ਕਿਉਂਕਿ ਕੁੱਤਿਆਂ ਨੂੰ ਵੀ ਪਤਾ ਵੀ ਇਹੋ ਜਿਹੇ ਪਹਿਰਾਵੇ ਵਾਲੇ ਲੋਕ ਅਕਸਰ ਆਉਂਦੇ ਨੇ। ਪਰ ਜਦ ਕਿਤੇ ਕੋਈ ਜੋਗੀ ਆਉਂਦਾ, ਯਾਦ ਰੱਖੋ ਉਹਦੇ ਮਗਰ ਕੁੱਤੇ ਵੀ ਪੈਂਦੇ ਨੇ, ਕਿਉਂਕਿ ਓਪਰਾ ਬੰਦਾ ਕੁੱਤਾ ਪੈਂਦਾ ਹੀ ਹਮੇਸ਼ਾ ਓਪਰੇ ਨੂੰ ਹੈ, ਆਪਣੇ ਨੂੰ ਕੁੱਤਾ ਨਹੀਂ ਵੱਟਦਾ, ਬਗਾਨੇ ਨੂੰ ਪੈਂਦਾ। ਇੱਥੇ ਕੂਕਰ ਹਾਂ ਬੇਗਾਨਾ ਭੌਂਕਾਂ ਇਸ਼ਟਨ ਤਾਈ, ਮੈਂ ਬੇਗਾਨਾ ਹੈ, ਇੱਥੇ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਕੁੱਤੇ ਇੱਥੋਂ ਦੇ ਹੀ ਨੇ, ਉਹਨਾਂ ਨੂੰ ਕੁਝ ਨਹੀਂ ਕਹਿੰਦੇ, ਮੈਨੂੰ ਕਹਿੰਦੇ ਕਿਉਂਕਿ ਮੈਂ ਉੱਪਰ ਆਇਆ ਹੋਇਆ। ਹੁਣ ਜੋਗੀ ਨੂੰ ਕੁੱਤਾ ਵੀ ਪੈਂਦਾ, ਜੋਗੀ ਲੋਕ ਫਿਰ ਕੀ ਕਰਦੇ ਨੇ, ਇੱਕ ਹੱਥ ਵਿੱਚ ਖੱਪਰ ਹੈ ਅਤੇ ਇੱਕ ਕੰਧੇ ਨਾਲ ਉਹਨੇ ਝੋਲੀ ਟੰਗੀ ਹੋਈ ਹੈ ਅਤੇ ਇੱਕ ਹੱਥ ਵਿੱਚ ਡੰਡਾ ਪਕੜਿਆ ਹੋਇਆ। ਜਦੋਂ ਕੋਈ ਕੁੱਤਾ ਨੇੜੇ ਆਉਂਦਾ ਉਹ ਡੰਡੇ ਨਾਲ ਡਰਾ ਦਿੰਦਾ ਜਾਂ ਡੰਡੇ ਨਾਲ ਭਜਾ ਦਿੰਦਾ, ਕੁੱਤਾ ਉਹਨੂੰ ਵੱਢ ਨਹੀਂ ਪਾਉਂਦਾ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ। ਆਈ ਪੰਥੀ, ਉਹ ਆਈ ਜੋਗੀਆਂ ਦੇ 12 ਪੰਥ ਨੇ, ਸਭ ਤੋਂ ਉੱਤਮ ਪੰਥ ਜਿਹੜਾ ਉਹ ਆਈ ਪੰਥ ਹੈ, ਸਾਰਿਆਂ ਨੂੰ ਇੱਕੋ ਜਿਹਾ ਸਮਝਦਾ। ਮਨ ਜੀਤੈ ਜਗਜੀਤ, ਜਿਹਨੇ ਮਨ ਨੂੰ ਜਿੱਤ ਲਿਆ ਉਹਨੇ ਜਗ ਨੂੰ ਜਿੱਤ ਲਿਆ, ਇਹਦੇ ਬਾਹਰੀ ਅਰਥ ਨੇ ਆਦੇਸ਼ ਅਤੇ ਸਹਿ ਆਦੇਸ਼, ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ। ਹੁਣ ਇਹਦੇ ਅੰਦਰੂਨੀ ਅਰਥ ਭਾਵ ਅਰਥ ਸਮਝਣ ਦੀ ਕੋਸ਼ਿਸ਼ ਕਰਦੇ। ਸਾਹਿਬ ਕਹਿਣ ਲੱਗੇ, ਜੋਗੀ ਤੂੰ ਰੱਬ ਦੇ ਘਰ ਕੀ ਜਾਣਾ, ਤੂੰ ਤਾਂ ਬੜੀ ਦੂਰ ਬੈਠਾ ਸੱਜਣਾ। ਸ਼ਾਇਦ ਮੇਰਾ ਖਿਆਲ ਹੈ ਤੁਹਾਡੇ ਇਹ ਬੋਲ ਕਈ ਵਾਰੀ ਕੰਨਾਂ 'ਚ ਗੂੰਜੇ ਹੋਣਗੇ। ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਪ੍ਰਕਾਸ਼ ਦਿਵਸ ਹੁੰਦਾ ਉਦੋਂ ਅਸੀਂ ਬੋਲ ਅਕਸਰ ਪੜ੍ਹਨੇ ਹਾਂ। ਕਾਦੀ ਕੂੜ ਬੋਲ ਮਲ ਖਾਏ, ਬ੍ਰਹਮਣ ਨਾਵੇ ਜੀਆਂ ਘਾਏ। ਤੀਜੀ ਪੰਕਤੀ ਕੀ ਹੈ? ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਹ ਜਾੜੇ ਕਾ ਬੰਧ। ਜੋਗੀ ਤਾਂ ਜੁਗਤ ਹੀ ਨਹੀਂ ਜਾਣਦਾ ਰੱਬ ਨਾਲ ਜੁੜਨ ਦੀ, ਤਰੀਕਾ ਹੀ ਨਹੀਂ ਜਾਣਦਾ ਰੱਬ ਨਾਲ ਜੁੜਨ ਦਾ, ਉਹਨੇ ਜੁੜਨਾ ਕੀ ਹੈ? ਜੋਗੀ ਨੂੰ ਵੀ ਆਖਿਆ ਤੀਨੇ, ਤਿੰਨੇ ਜਣੇ, ਕਾਜੀ ਬ੍ਰਹਮਣ ਜੋਗੀ, ਤੀਨੇ ਉਹ ਜਾੜੇ ਕਾ ਬੰਧ। ਲੋਕਾਂ ਨੂੰ ਉਜਾੜਨ 'ਤੇ ਲੱਗੇ ਹੋਏ ਨੇ ਤਿੰਨੇ, ਇਹ ਤਿੰਨ ਬੰਦੇ ਤਿੰਨੇ ਧਰਮੀ ਅਤੇ ਤਿੰਨੇ ਉਜਾੜੇ ਦਾ ਕਾਰਨ ਬਣੇ ਹੋਏ ਸਨ ਲੋਕਾਂ ਦਾ। ਧਰਮੀ ਹੀ ਉਜਾੜ ਰਿਹਾ ਸੀ ਲੋਕਾਂ ਨੂੰ,
ਧਰਮੀਆਂ ਨੇ ਧਰਮ ਦੁਨੀਆ ਨਹੀਂ ਇੰਨਾ ਉਜਾੜਿਆ ਜਿੰਨਾ ਧਰਮੀ ਬਾਣਿਆਂ ਵਿੱਚ ਲੋਕਾਂ ਨੇ ਧਰਮ ਨੂੰ ਉਜਾੜਿਆ। ਬੜੇ ਧਿਆਨ ਨਾਲ ਸੁਣੋ ਅੱਜ ਦੇ ਬਚਨਾਂ ਨੂੰ। ਹੁਣ ਸਤਿਗੁਰੂ ਕਹਿੰਦੇ ਨੇ, ਕਹਿੰਦੇ ਜੋਗੀ ਜਿਵੇਂ ਦਾ ਜੋਗੀ ਤੂੰ ਬਣਦਾ ਨਾ ਸੱਜਣਾ, ਸਾਡੇ ਘਰ ਇਹੋ ਜਿਹਾ ਜੋਗੀ ਪ੍ਰਵਾਨ ਨਹੀਂ। ਮੈਂ ਜੋਗੀ ਤਾਂ ਮੈਂ ਵੀ ਆਪਣੇ ਸਿੱਖ ਨੂੰ ਬਣਾਇਆ। ਭਾਈ ਗੁਰਦਾਸ ਜੀ ਦਾ ਇੱਕ ਬੋਲ ਪੜ੍ਹਦੇ ਹੋ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਕਹਿੰਦੇ ਮੈਂ ਗੁਰਸਿੱਖ ਨੂੰ ਵੀ ਜੋਗੀ ਬਣਾਇਆ, ਪਰ ਮੇਰਾ ਗੁਰਸਿੱਖ ਜੋਗੀ ਹੋਰ ਤਰ੍ਹਾਂ ਦਾ ਹੈ, ਉਹ ਤੇਰੇ ਵਰਗਾ ਨਹੀਂ ਹੈ। ਸਤਿਗੁਰੂ ਕੀ ਤੁਸੀਂ ਮੁੰਦਰਾਂ ਪਾਉਂਦੇ ਹੋ? ਸਾਹਿਬ ਕਹਿੰਦੇ ਬਿਲਕੁਲ, ਮੈਂ ਵੀ ਆਪਣੇ ਜੋਗੀ ਦੇ ਕੰਨਾਂ 'ਚ ਮੁੰਦਰਾਂ ਪਾਉਂਦਾ। ਕਿਹੋ ਜਿਹੀਆਂ ਮੁੰਦਾਂ? ਸੰਤੋਖ। ਤੇਰਾ ਜੋਗੀ ਤਾਂ ਇੱਕ ਤਰ੍ਹਾਂ ਦਾ ਹੈ, ਮੇਰਾ ਜੋਗੀ ਕੋਈ ਵੀ ਧਾਰਨ ਕਰ ਲਵੇ, ਕੋਈ ਵੀ ਦੁਨੀਆ 'ਚ ਧਾਰਨ ਕਰ ਲਵੇ, ਭਾਵੇਂ ਉਹ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਸ਼ੂਦ ਹੋਵੇ, ਵੈਸ਼ ਹੋਵੇ, ਅਮੀਰ ਹੋਵੇ, ਗਰੀਬ ਹੋਵੇ, ਜਵਾਨ ਹੋਵੇ, ਬੁੱਢਾ ਹੋਵੇ, ਕੋਈ ਵੀ ਹੋਵੇ, ਰੋਗੀ ਹੋਵੇ, ਸੋਗੀ ਹੋਵੇ, ਕੋਈ ਵੀ ਹੋਵੇ, ਇਸ ਉਪਦੇਸ਼ ਨੂੰ ਧਾਰਨ ਕਰਕੇ ਕੋਈ ਵੀ ਜੋਗੀ ਬਣ ਸਕਦਾ। ਉਹ ਕਰਨਾ ਕਿਵੇਂ ਹੈ? ਮੁੰਦਾਂ ਸੰਤੋਖ, ਮੁੰਦਾਂ ਦਾ ਮਤਲਬ ਮੁੰਦਰਾਂ। ਕਹਿੰਦੇ ਸੰਤੋਖ ਦੀਆਂ ਮੁੰਦਰਾਂ ਪਾ, ਕੰਨ ਪਾੜ ਕੇ ਮੁੰਦਰਾਂ ਪਾ ਲਈਆਂ, ਇਹ ਕੀ ਆਨੰਦ ਹੋਇਆ? ਸੰਤੋਖ ਦੀਆਂ ਮੁੰਦਰਾਂ ਪਾ ਭਲਿਆ, ਤੂੰ ਤਾਂ ਸਭ ਕੁਝ ਤਿਆਗ ਕੇ ਆ ਗਿਆ। ਤਿਆਗ ਦੇਣਾ ਸੌਖਾ ਹੈ, ਸੰਤੋਖ ਵਿੱਚ ਰਹਿਣਾ ਔਖਾ ਹੈ। ਇੱਕ ਸ਼ਬਦ ਮੈਂ ਪਹਿਲੋਂ ਕਹਿੰਦੀ ਹਾਂ ਤਾਂ ਕਿ ਸਾਨੂੰ ਪਤਾ ਲੱਗ ਜਾਏ, ਸੌਖਾ ਹੋ ਜਾਏ ਸਮਝ ਵਿੱਚ। ਜੋਗ ਨਾ ਕਿੰਤਾ। ਕਹਿੰਦੇ ਸਤਿਗੁਰੂ ਜੀ ਆਖਣ ਲੱਗੇ, ਕਹਿੰਦੇ ਤੇਰੇ ਮਨ ਵਿੱਚ ਭੁਲੇਖ ਹੈ, ਜੋਗ ਨਾ ਖਿੰਤਾ। ਖਿੰਤਾ ਦੇ ਨਾਲ ਤੂੰ ਕਦੇ ਜੋਗੀ ਨਹੀਂ ਬਣ ਸਕਦਾ, ਤੇਰੇ ਮਨ ਦਾ ਭੁਲੇਖਾ ਹੈ। ਜੇ ਤੂੰ ਸੱਚਾ ਜੋਗੀ ਬਣਨਾ ਚਾਹੁੰਦਾ ਤਾਂ ਆਪਣੇ ਜੀਵਨ ਅੰਦਰ ਕੁਝ ਗੱਲਾਂ ਤੈਨੂੰ ਧਾਰਨ ਕਰਨੀਆਂ ਪੈਣੀਆਂ। ਗੱਲੀ ਜੋਗ ਨਾ ਹੋਈ, ਇੱਕ ਦ੍ਰਿਸ਼ਟ ਕਰ ਸਮਸਰ ਜਾਣੇ, ਜੋਗੀ ਕਹੀਏ ਸੋਈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਜੋਗ ਨਾ ਬਾਹਰ ਮੜੀ ਮਸਾਣੀ। ਜੇ ਤੂੰ ਮੜੀਆਂ ਵਿੱਚ ਜਾ ਕੇ ਬੈਠ ਗਿਆ ਸੋਚਦਾ ਵੀ ਮੈਂ ਸ਼ਾਇਦ ਇਵੇਂ ਜੋਗੀ ਬਣ ਜਾਵਾਂ, ਇਵੇਂ ਵੀ ਤੂੰ ਜੋਗੀ ਨਹੀਂ ਬਣ ਸਕਦਾ। ਜੋਗੀ ਬਣਨ ਲਈ ਤਾਂ ਤੈਨੂੰ ਆਪਣੇ ਜੀਵਨ ਅੰਦਰ ਕੁਝ ਸੱਚ ਧਾਰਨ ਕਰਨਾ ਪਵੇਗਾ। ਜੋਗ ਨਾ ਖਿੰਤਾ, ਜੋਗ ਨਾ ਡੰਡਾ, ਜੋਗ ਨਾ ਪਸ਼ਮ ਚੜ੍ਹਾਈਏ, ਜੋਗ ਨਾ ਮੁੰਦੀ ਮੂੰਡ ਮੰਡਾਇਆ, ਜੋਗ ਨਾ ਸਿੰਘੀ ਪਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਬ ਪਾਈਐ। ਗੱਲੀ ਜੋਗ ਨਾ ਕੋਈ, ਇੱਕ ਦ੍ਰਿਸ਼ਟ ਕਰ ਸਮਸਰ ਜਾਣੇ, ਜੋਗੀ ਕਹੀਐ ਸੋਈ। ਕਹਿੰਦੇ ਜੋਗੀ ਤਾਂ ਉਹ ਹੁੰਦਾ ਭਲਿਆ ਜਿਹੜਾ ਇੱਕ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਦੇਖਦਾ ਹੋਵੇ, ਉਹਦੀ ਦ੍ਰਿਸ਼ਟੀ ਵਿੱਚ ਅੰਤਰ ਨਾ ਹੋਵੇ। ਅੰਜਨ ਵਿੱਚ, ਅੰਜਨ ਦਾ ਅਰਥ ਹੁੰਦਾ ਕਾਲਖ, ਉਹ ਅੰਜਨ ਵਿੱਚ ਨਿਰੰਜਨ ਰਹਿੰਦਾ ਹੋਵੇ, ਉਹਦੇ ਜੀਵਨ ਵਿੱਚ ਦਾਤ ਹੋਵੇ, ਉਹਦੇ ਜੀਵਨ ਵਿੱਚ ਦਾਤ ਮਾਲਕ ਨੇ ਬਖਸ਼ਿਸ਼ ਕੀਤੀ ਹੋਵੇ। ਕਹਿਣ ਲੱਗੇ ਉਹ ਜੋਗੀ ਬਣ ਸਕਦਾ ਜਿਹਦੇ ਜੀਵਨ ਵਿੱਚ ਦਾਤਾਂ ਨੇ। ਇਕੱਲੇ ਬਾਹਰਲੇ ਚਿੰਨ੍ਹ ਪਾ ਲੈਣ ਨਾਲ ਉਹ ਕਦੇ ਜੋਗੀ ਨਹੀਂ ਬਣ ਸਕਦਾ। ਸਤਿਗੁਰਾਂ ਕਿਰਪਾ ਕੀਤੀ, ਮੁੰਦਾਂ ਸੰਤੋਖ, ਸੰਤੋਖ ਦੀਆਂ ਮੁੰਦਰਾਂ ਪਾ, ਤੂੰ ਤਾਂ ਛੱਡ ਕੇ ਹੀ ਆ ਗਿਆ। ਤਿਆਗਣਾ ਬਹੁਤ ਸੌਖਾ ਹੈ, ਜੀਵਨ ਨੂੰ ਸੰਜਮ ਵਿੱਚ ਰੱਖਣਾ ਬਹੁਤ ਔਖਾ ਹੈ। ਮੈਂ ਸਿੱਖ ਨੂੰ ਸੰਤੋਖ ਨਾਲ ਜੋੜਿਆ, ਤਿਆਗ ਨਾਲ ਨਹੀਂ ਜੋੜਿਆ। ਇੱਕ ਵਾਰੀ ਬਚਨ ਫਿਰ ਧਿਆਨ ਨਾਲ ਸੁਣਿਓ।
ਮੇਰੀ ਬੇਨਤੀ ਹੈ ਤੁਹਾਨੂੰ, ਜੇ ਕਿਤੇ ਤੁਸੀਂ ਨਾਲ ਇਹਨਾਂ ਪੰਕਤੀਆਂ ਨੂੰ ਆਪਣੇ ਜੀਵਨ ਵਿੱਚ ਗਾਈਏ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਗੁਰੂ ਨੇ ਉਹ ਜਿਹੜੀਆਂ ਤਿੰਨ ਵਸਤੂ ਰੱਖੀਆਂ ਉਹਨਾਂ ਵਿੱਚੋਂ ਇੱਕ ਸੰਤੋਖ ਹੈ, ਅਤੇ ਬੜੀ ਪਿਆਰੀ ਵਸਤੂ ਹੈ, ਤਾਂ ਕਿ ਸਿੱਖ ਦਾ ਜੀਵਨ ਬੰਨਿਆ ਰਹੇ। ਮੁੰਦਾ ਸੰਤੋਖ, ਸ਼ਰਮ ਪੱਤ ਝੋਲੀ। ਕਹਿੰਦੇ ਵੇਖ ਭਲਿਆ ਤੇਰੇ ਖਾਣ ਵਿੱਚ ਸੰਤੋਖ ਹੋਵੇ, ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਤੇਰੇ ਪਹਿਨਣ ਵਿੱਚ ਸੰਤੋਖ ਹੋਵੇ, ਤੇਰਾ ਜੀਵਨ ਆਮ ਲੋਕਾਂ ਵਰਗਾ ਨਾ ਹੋਵੇ। ਤੇਰੇ ਰਹਿਣ ਵਿੱਚ ਸੰਤੋਖ ਹੋਵੇ, ਤੇਰੇ ਬੋਲਣ ਵਿੱਚ ਸੰਤੋਖ ਹੋਵੇ, ਕਿਉਂਕਿ ਦੁਨੀਆ ਦਾ ਅਗਰ ਰੱਜਿਆ ਬੰਦਾ ਕਿਸੇ ਨੇ ਦੇਖਣਾ ਹੋਵੇ ਨਾ, ਤਾਂ ਉਹ ਸੰਤੋਖੀ ਬੰਦਾ ਹੁੰਦਾ। ਸ਼ਬਦ ਪੜ੍ਹਦੇ ਹੋ ਨਾ ਬੜੇ ਪਿਆਰ ਨਾਲ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋੜੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸ਼ਟਰੈ, ਬਿਨਾਂ ਸੰਤੋਖ ਨਹੀਂ ਕੋ ਰਾਜ। ਸੰਤੋਖ ਤੋਂ ਬਿਨਾਂ ਰੱਜ ਨਹੀਂ ਆਉਣਾ। ਤੈਨੂੰ ਮਨ ਵਿੱਚ ਭੁਲੇਖਾ ਹੋਵੇ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਭਲਿਆ ਆਪਣੇ ਜੀਵਨ ਅੰਦਰ ਇਹਨਾਂ ਗੱਲਾਂ ਨੂੰ ਧਾਰਨ ਕਰਕੇ ਦੇਖ, ਫਿਰ ਤੈਨੂੰ ਪਤਾ ਲੱਗੇਗਾ। ਮੁੰਦਾ ਸੰਤੋਖ, ਸ਼ਰਮ ਮਿਹਨਤ, ਪੱਤ ਪਾਤਰ, ਚੰਗੀ ਮਿਹਨਤ ਦਾ ਭਾਂਡਾ ਬਣਾ ਜਿਹੜਾ ਤੂੰ ਹੱਥਾਂ 'ਚ ਪਕੜੀ ਫਿਰਦਾ। ਜਿਵੇਂ ਰੋਜ਼ ਜੋਗੀ ਪਕੜ ਕੇ ਭਾਂਡਾ ਮੰਗਦਾ, ਇਵੇਂ ਮੇਰਾ ਸਿੱਖ ਰੋਜ਼ ਦਸਾਂ ਨੂੰ ਉਹਦੀ ਕਿਰਤਕਾਰ ਕਰਦਾ। ਉਹ ਲੋਕਾਂ ਦੇ ਬੂਹੇ ਤੋਂ ਨਹੀਂ ਮੰਗਦਾ, ਹੋਏ ਅਤੀਤ ਗ੍ਰਸਤ ਤਜ ਫਿਰ ਉਹਨੀਂ ਹੀ ਕੇ ਘਰ ਮੰਗਣ ਜਾਈ। ਤੂੰ ਉਹਨਾਂ ਦੇ ਘਰ ਮੰਗਣ ਜਾਂਦਾ ਜਿਨ੍ਹਾਂ ਨੂੰ ਭੈੜਾ ਕਹਿ ਕੇ ਤਿਆਗ ਕੇ ਛੱਡ ਕੇ ਆ ਗਿਆ। ਮੁੰਦਾ ਸੰਤੋਖ, ਮੈਂ ਆਪਣੇ ਸਿੱਖ ਦੇ ਕੰਨਾਂ ਵਿੱਚ ਸੰਤੋਖ ਦੀਆਂ ਮੁਦਰਾਂ ਪਾਈਆਂ ਨੇ, ਉਹਨੂੰ ਮਿਹਨਤ ਦਾ ਭਾਂਡਾ ਪਕੜਾਇਆ। ਪੱਤ ਝੋਲੀ, ਅਤੇ ਉਹਦੇ ਕੋਲ ਜਿਹੜਾ ਭਾਂਡਾ ਹੈ ਉਹ ਮਿਹਨਤ ਦਾ ਹੈ, ਝੋਲੀ ਉਹਦੇ ਕੋਲ ਚੰਗੀ ਮਿਹਨਤ ਦੀ ਝੋਲੀ ਹੈ, ਉਹ ਇਕੱਠਾ ਕਰਦਾ, ਮਿਹਨਤ ਦਾ ਇਕੱਠਾ ਕਰਦਾ, ਲੋਕਾਂ ਕੋਲੋਂ ਮੰਗ ਕੇ ਇਕੱਠਾ ਨਹੀਂ ਕਰਦਾ। ਤੇਰੇ ਮੰਗੋ, ਉਹਦਾ ਇੱਕ ਵੱਖਰਾ ਜੀਵਨ ਹੈ। ਸਿੱਖ ਕਿਰਤੀ ਹੈ, ਸਿੱਖ ਉੱਦਮੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਯਾਦ ਰੱਖਿਓ, ਜੇ 15 ਭਗਤਾਂ ਦੀ ਬਾਣੀ ਉਹ ਸਾਰੇ ਕਿਰਤੀ ਨੇ, ਗੁਰੂ ਸਾਹਿਬਾਨ ਦੀ ਬਾਣੀ ਉਹ ਸਾਰੇ ਕਿਰਤੀ ਨੇ, 11 ਭੱਟਾਂ ਦੀ ਬਾਣੀ ਉਹ ਸਾਰੇ ਕਿਰਤੀ ਨੇ। ਹਰ ਸਿੱਖ ਕਿਰਤੀ ਹੈ, ਹਰ ਸਿੱਖ ਗੁਰੂ ਦੇ ਘਰ ਦਾ ਮਿਹਨਤੀ ਹੈ। ਸਾਹਿਬ ਜੀ ਕਹਿਣ ਲੱਗੇ, ਜੇ ਤੂੰ ਸੱਚਾ ਧਰਮੀ ਰੱਬ ਦੇ ਘਰ ਜਾਣਾ ਚਾਹੁੰਦਾ ਨਾ, ਤਾਂ ਤੂੰ ਇਹੋ ਜਿਹਾ ਜੋਗੀ ਬਣ, ਸੰਤੋਖ ਦੀਆਂ ਮੁਦਰਾਂ ਪਾ ਲੈ, ਮਿਹਨਤ ਦਾ ਭਾਂਡਾ ਪਕੜ ਲੈ ਅਤੇ ਝੋਲੀ ਬਣਾ ਲੈ। ਧਿਆਨ ਕੀ ਕਰੇ ਵਿਭੂਤ, ਕਹਿੰਦੇ ਆਪਣੇ ਸਰੀਰ ਦੇ ਉੱਤੇ ਸਵਾਹ ਮਣ ਲਈ, ਲੋਕਾਂ ਨੂੰ ਲੱਗਿਆ ਤਾਂ ਮਰ ਚੁੱਕੇ ਅੰਦਰੋਂ, ਇਹਦੀਆਂ ਖਾਹਿਸ਼ਾਂ ਕੋਈ ਨਹੀਂ, ਲੋਕਾਂ ਨੂੰ ਇਉਂ ਲੱਗਿਆ ਸਵਾਹ ਮਲੀ ਦੇਖ ਕੇ। ਪਰ ਹੋਇਆ ਕੀ, ਸਾਹਿਬ ਦੀ ਬਾਣੀ ਦਾ ਬਚਨ ਹੀ ਕਵਾਂ, ਕਿਉਂਕਿ ਬਚਨਾਂ ਵਿੱਚ ਸਾਰਾ ਕੁਝ ਰਾਜ ਹੈ। ਹਜ਼ੂਰ ਕਹਿੰਦੇ, ਜਦੋਂ ਮੈਂ ਤੇਰੇ ਦਰਸ਼ਨ ਕੀਤੇ ਮੈਂ ਤਾਂ ਹੈਰਾਨ ਹੋਇਆ, ਅੰਤਰ ਅਗਨ ਬਾਹਰ ਤੁਹਾਨੂੰ ਸਵਾਹ।
ਤੇਰੇ ਅੰਦਰ ਅੱਗ ਸੀ, ਬਾਹਰੀ ਤੌਰ 'ਤੇ ਤੂੰ ਸਵਾਮਲੀ ਬੈਠਾ, ਅੰਦਰ ਤੇਰੇ ਤ੍ਰਿਸ਼ਨਾ ਦੀ ਅੱਗ ਹੈ, ਅੰਦਰ ਤੇਰੇ ਬਹੁਤ ਵੱਡੀ ਅੱਗ ਹੈ ਤ੍ਰਿਸ਼ਨਾ ਦੀ। ਕਿਸੇ ਧਰਮੀ ਪੁਰਖ ਨੂੰ ਦੇਖਿਓ ਤੁਸੀਂ, ਜਿਹਦੇ ਕੋਲ ਇਕੱਲਾ ਬਾਣਾ, ਉਹਦੇ ਅੰਦਰ ਕਿੱਡੀ ਵੱਡੀ ਅੱਗ ਹੈ। ਅੰਦਰੋਂ ਤਪੇ ਪਏ ਨੇ ਲੋਕ, ਅੰਦਰੋਂ ਸੜੇ ਪਏ ਨੇ ਲੋਕ। ਧਰਮ ਦੀ ਦੁਨੀਆ 'ਚ ਸਭ ਤੋਂ ਵੱਧ ਲੜਾਈਆਂ ਹੋ ਰਹੀਆਂ ਨੇ। ਮੈਂ ਵਾਰ ਵਾਰ ਬੇਨਤੀ ਕਰਨਾ, ਅਸੀਂ ਅੰਦਰੋਂ ਸ਼ਾਂਤ ਨਹੀਂ। ਸਾਹਿਬ ਜੀ ਆਖਦੇ ਨੇ, ਕਹਿੰਦੇ ਭਲਿਆ, ਇਹ ਵਿਭੂਤੀ ਲਾਉਣ ਨਾਲੋਂ ਸੱਚ ਕਰਕੇ ਜਾਣੀ, ਜੇ ਤੂੰ ਵਿਭੂਤੀ ਦੀ ਬਜਾਏ ਰਾਖ ਮਲਣ ਦੀ ਬਜਾਏ ਸਵਾ ਮਲਣ ਦੀ ਬਜਾਏ ਇਹ ਧਿਆਨ ਵਿੱਚ ਰੱਖੇ ਵੀ ਰੱਬਾ ਮੈਂ ਤਾਂ ਸਦਾ ਹੀ ਤੇਰਾ, ਇਹ ਧਿਆਨ ਵਿੱਚ ਰੱਖੇ ਹਮ ਆਦਮੀ ਹਾਂ ਇਕਦਮ ਹੀ, ਮੁਹਰਤ ਮੁਹਤ ਨਾ ਜਾਣਾ, ਨਾਨਕ ਬਿਨ ਵੈ ਤਿਸੈ ਸਰੇਵੋ ਜਾ ਕੇ ਜੀ ਪਰਾਣਾ। ਜੇ ਤੂੰ ਆਪਣੇ ਧਿਆਨ ਵਿੱਚ ਰੱਖੇ, ਤੈਨੂੰ ਵਿਸਰ ਗਿਆ ਮਰਨਾ ਹੈ, ਤੇਰੇ ਬਾਕੀ ਚੀਜ਼ਾਂ ਧਿਆਨ ਵਿੱਚ ਨੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਮੈਂ ਤਾਂ ਹੀ ਤੈਨੂੰ ਕਹਿੰਦਾ, ਜਦ ਤੂੰ ਮੇਰੇ ਘਰ ਆਵੇਂ ਪਹਿਲਾਂ ਮਰਨ ਕਬੂਲ। ਇਹਦਾ ਮਤਲਬ ਇਹ ਨਹੀਂ ਵੀ ਮਰਨਾ ਸਮਝ ਕੇ ਅਸੀਂ ਨਿਰਾਸ਼ ਹੋ ਕੇ ਬੈਠ ਜਾਈਏ, ਨਹੀਂ। ਮਰਨਾ ਧਿਆਨ ਵਿੱਚ ਰੱਖਣ ਦਾ ਅਰਥ ਹੈ ਮੈਂ ਹੰਕਾਰੀ ਨਹੀਂ ਹੋਣਾ। ਆਸਾ ਕੀ ਵਾਰ ਦੇ ਬੋਲਦਾਸ ਕਈ ਵਾਰੀ ਬੇਨਤੀ ਕਰਦਾ, ਧਿਆਨ ਵਿੱਚ ਰੱਖਿਓ, ਬੜੇ ਧਿਆਨ ਵਿੱਚ ਰੱਖਿਓ, ਆਸਾ ਕੀ ਵਾਰ ਦੇ ਬੋਲ ਨੇ। ਸਾਹਿਬ ਕਹਿੰਦੇ ਤਿੰਨ ਕੰਮ ਕਦੇ ਨਹੀਂ ਕਰਦਾ ਬੰਦਾ, ਜਿਹਨੇ ਇਹ ਸੋਚ ਲਿਆ ਵੀ ਮੈਂ ਦੁਨੀਆਂ 'ਚ ਰਹਿਣਾ ਨਹੀਂ, ਉਹ ਤਿੰਨ ਕੰਮ ਨਹੀਂ ਕਰਦਾ। ਨੰਬਰ ਇੱਕ, ਜਾ ਰਹਿਣਾ ਨਾਹੀਂ ਐਟ ਜੱਗ ਤਕਾਇਤ ਗਾਰਬ ਹੰਡੀ ਹੈ, ਉਹ ਹੰਕਾਰੀ ਨਹੀਂ ਹੁੰਦਾ। ਦੂਜੀ ਨਿਸ਼ਾਨੀ, ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁੱਝੀ ਹੈ, ਉਹ ਅੱਖਰ ਪੜ੍ਹ ਕੇ ਗੁਰੂ ਦੇ ਉਪਦੇਸ਼ ਪੜ੍ਹ ਕੇ ਬੁੱਝ ਲੈਂਦਾ ਵੀ ਮੈਂ ਕਿਸੇ ਨੂੰ ਮੰਦਾ ਨਹੀਂ ਕਹਿਣਾ। ਤੀਜੀ ਉਹਦੀ ਨਿਸ਼ਾਨੀ ਹੈ ਮੂਰਖ ਹੈ ਨਾਲ ਨਾ ਲੂਝੀ ਹੈ, ਉਹ ਆਪਣਾ ਜੀਵਨ ਕਦੇ ਮੂਰਖਾਂ ਨਾਲ ਨਸ਼ੇੜੀਆਂ ਨਾਲ ਵਿਕਾਰੀਆਂ ਨਾਲ ਨਹੀਂ ਗੁਜ਼ਾਰਦਾ, ਉਹ ਆਪਣਾ ਜੀਵਨ ਬੜਾ ਸੁਚੇਤ ਹੋ ਕੇ ਗੁਜ਼ਾਰਦਾ, ਉਹਦਾ ਜੀਵਨ ਚੰਗੇ ਢੰਗ ਨਾਲ ਗੁਜ਼ਰਦਾ। ਧਿਆਨ ਕੀ ਕਰੇ ਵਿਭੂਤ, ਕਹਿੰਦੇ ਉਹ ਧਿਆਨ ਦੀ ਵਿਭੂਤੀ ਲਾਉਂਦਾ, ਉਹ ਧਿਆਨ ਰੱਖਦਾ ਆਪਣੇ ਜੀਵਨ ਵਿੱਚ, ਧਿਆਨ ਰੱਖਦਾ ਮੇਰੀਆਂ ਅੱਖਾਂ, ਮੇਰੇ ਨੱਕ, ਮੇਰੇ ਕੰਨ, ਮੇਰੇ ਜ਼ਬਾਨ ਕੀ ਕਰਦੀ ਹੈ, ਉਹਨੂੰ ਇਸ ਗੱਲ ਦਾ ਧਿਆਨ ਹੈ। ਯਾਦ ਰੱਖਿਓ, ਧਿਆਨ ਸਭ ਤੋਂ ਜ਼ਰੂਰੀ ਹੈ, ਧਿਆਨ ਸਭ ਤੋਂ ਜ਼ਰੂਰੀ ਹੈ। ਤੁਸੀਂ ਘਰ 'ਚ ਬੈਠੇ ਹੋਵੋ, ਜੇ ਘਰ ਦੇ ਮੰਨ ਲਓ ਟੀ ਵੀ ਦੇਖ ਰਹੇ, ਆਪਾਂ ਘਰ ਦੇ ਪ੍ਰਸ਼ਾਦਾ ਦੇ ਕੇ ਗਏ ਅਤੇ ਬਈ ਮੈਨੂੰ ਨਮਕ ਮਿਰਚ ਦੱਸਿਓ ਕਿਹੋ ਜਿਹਾ, ਅਸੀਂ ਪ੍ਰਸ਼ਾਦਾ ਤਾਂ ਛਕ ਲਿਆ ਅਤੇ ਘਰ ਦੇ ਪੁੱਛਣ ਲੱਗੇ ਵੀ ਨਮਕ ਮਿਰਚ ਦੱਸਣਾ ਸੀ, ਅੱਜ ਮਹਿਮਾਨਾਂ ਨੇ ਆਉਣਾ। ਉਹ ਕਹਿੰਦਾ ਮੈਨੂੰ ਮਾਫ਼ ਕਰਿਓ, ਮੇਰਾ ਧਿਆਨ ਨਹੀਂ ਸੀ ਵਿੱਚ। ਇਹਦਾ ਮਤਲਬ ਪ੍ਰਸ਼ਾਦਾ ਛਕ ਲਿਆ, ਛਕ ਕੇ ਵੀ ਉਹਨੂੰ ਪਤਾ ਨਹੀਂ ਕਿਉਂਕਿ ਧਿਆਨ ਨਹੀਂ ਸੀ ਵਿੱਚ। ਕੱਲ੍ਹ ਤੁਰੇ ਜਾਂਦੇ ਅਤੇ ਦੂਜਾ ਬੰਦਾ ਹੱਥ ਦੇ ਇਸ਼ਾਰੇ ਕਰਦਾ ਚਲਾ ਗਿਆ, ਦੂਜੇ ਦਿਨ ਮਿਲਿਆ ਅਤੇ ਉਹ ਲਾਹਮੇ ਦਿੰਦਾ, ਕਹਿੰਦਾ ਮੈਂ ਕਿੰਨੀ ਵਾਰੀ ਹੱਥ ਦੇ ਇਸ਼ਾਰੇ ਕੀਤੇ, ਤੁਸੀਂ ਦੇਖ ਵੀ ਰਹੇ ਸੀ, ਤੁਸੀਂ ਜਵਾਬ ਹੀ ਨਹੀਂ ਦਿੱਤਾ। ਕਹਿੰਦਾ ਮਾਫ਼ ਕਰਨਾ, ਮੇਰਾ ਧਿਆਨ ਨਹੀਂ ਹੋਵੇਗਾ। ਅਸੀਂ ਕਈ ਵਾਰੀ ਬੈਠੇ ਗੱਲਾਂ ਕਰ ਰਹੇ ਹੁੰਦੇ ਹਾਂ ਅਤੇ ਵਾਪਸ ਕਹਿਣਾ ਪੈਂਦਾ, ਗੱਲ ਦੁਬਾਰੇ ਸੁਣਾਇਓ ਕਿਉਂਕਿ ਮੇਰਾ ਧਿਆਨ ਨਹੀਂ ਸੀ ਵਿੱਚ, ਮੈਂ ਸੁਣ ਨਹੀਂ ਪਾਇਆ। ਇਹਦਾ ਮਤਲਬ ਕੰਨ ਨਹੀਂ ਸੁਣਦੇ, ਸੁਣਦਾ ਧਿਆਨ ਹੈ। ਹਜ਼ੂਰ ਕਹਿੰਦੇ ਤੇਰੇ ਧਿਆਨ ਵਿੱਚ ਤਾਂ ਹੈ ਨਹੀਂ ਰੱਬ, ਤੇਰੇ ਧਿਆਨ ਵਿੱਚ ਤਾਂ ਮੌਤ ਹੈ ਨਹੀਂ, ਉਹ ਤਾਂ ਤੂੰ ਐਡਾ ਹੰਕਾਰੀ ਬਣਿਆ ਬੈਠਾ। ਅਤੇ ਇਹ ਵਿਭੂਤ ਮਨ ਨਾਲ ਕੀ ਫਰਕ ਪੈਣ ਲੱਗਿਆ, ਵਿਭੂਤ ਨਾ ਮਨ ਕਾਇਆ ਨੂੰ ਸੰਭਾਲ ਕੇ ਰੱਖ, ਬਲਕਿ ਧਿਆਨ ਵਿੱਚ ਰੱਖ, ਮੈਂ ਹੰਕਾਰੀ ਹੋ ਕੇ ਨਹੀਂ ਲੋਕਾਂ ਨਾਲ ਵਿਚਰਨਾ। ਖਿੰਥਾ ਕਾਲ ਕੁਆਰੀ ਕਾਇਆ, ਕਹਿੰਦੇ ਖਿੰਥਾ ਦਾ ਅਰਥ ਹੁੰਦਾ ਇੱਕ ਗੋਪੀ ਨਾਥ ਜੋਗੀ ਹੋਇਆ,
ਉਹ ਜਦੋਂ ਜੋਗੀ ਬਣਿਆ ਅਤੇ ਰਾਜਾ ਸੀ ਉਹ, ਅਤੇ ਜੋਗੀਆਂ ਵਿੱਚ ਇੱਕ ਰੀਤ ਪ੍ਰਚਲਿਤ ਹੈ ਵੀ ਤੇਰੇ ਅੰਦਰੋਂ ਹੰਗ ਤਾਂ ਮੁੱਕ ਗਈ, ਤੇਰੇ ਅੰਦਰੋਂ ਹੰਕਾਰ ਮੁੱਕ ਗਿਆ, ਅਤੇ ਉਹ ਜਿਸ ਇਲਾਕੇ 'ਚੋਂ ਜੋਗੀ ਬਣਿਆ ਹੁੰਦਾ ਉਹਨੂੰ ਉੱਥੇ ਮੰਗਣ ਭੇਜਦੇ ਨੇ। ਹੁਣ ਜਦੋਂ ਜੋਗੀ ਬਣ ਕੇ ਉੱਥੇ ਮੰਗਣ ਗਿਆ ਅਤੇ ਉਹਦੀਆਂ ਰਾਣੀਆਂ ਨੇ ਕਈ ਤਰ੍ਹਾਂ ਦੇ ਹੀਰੇ ਮੋਤੀ ਹੋਰ ਕਿੰਨੇ ਕੁਛ ਰਤਨ ਜਵਾਹਰ ਥਾਲੀਆਂ ਭਰ ਭਰ ਕੇ ਖਲੋਤੀਆਂ ਨੇ ਦੌਲਤ ਦੀਆਂ ਉਹਨੂੰ ਦਿੱਤੀਆਂ। ਉਹ ਜਦੋਂ ਅੱਗੇ ਤੁਰਦਾ ਤੁਰਦਾ ਮਾਂ ਦੇ ਬੂਹੇ 'ਤੇ ਗਿਆ, ਮਾਂ ਖਲੋਤੀ, ਅੱਖਾਂ 'ਚ ਪਾਣੀ ਆ ਗਿਆ, ਪੁੱਤ ਸੀ ਨਾ। ਮਾਂ ਕਹਿਣ ਲੱਗੀ, ਪੁੱਤ ਵੇ ਮੈਂ ਵੀ ਤੈਨੂੰ ਕੁਛ ਦੇਣਾ ਚਾਹੁੰਦੀ, ਤੂੰ ਅੱਜ ਮੰਗਣ ਆਇਆ। ਉਹ ਜੋਗੀ ਵੀ ਹੈਰਾਨ ਹੋਇਆ, ਮਾਂ ਦੇ ਹੱਥ ਖਾਲੀ ਨੇ, ਇੱਥੋਂ ਤਾਂ ਮੇਰੀਆਂ ਰਾਣੀਆਂ ਚੰਗੀਆਂ ਨੇ ਜਿਹੜੇ ਹੀਰੇ ਮੋਤੀ ਤਾਂ ਲੈ ਕੇ ਖੜੀਆਂ ਨੇ। ਮਨ ਵਿੱਚ ਭਾਵਨਾ ਤਾਂ ਮਾਂ ਹੈ ਅਤੇ ਮਾਂ ਬੂਹੇ ਅੱਗੇ ਖਲੋਤੀ ਪਰ ਖਾਲੀ ਖਲੋਤੀ ਹੈ। ਮਾਂ ਕਹਿਣ ਲੱਗੀ, ਪੁੱਤ ਮੈਂ ਤਿੰਨ ਤੈਨੂੰ ਗੱਲਾਂ ਕਹਿਣ ਲੱਗੀ ਹੈ, ਉਹਨੂੰ ਲੈ ਕੇ ਜਾਈ। ਕਹਿਣ ਲੱਗੇ, ਦੱਸ ਮਾਂ, ਦੱਸੋ। ਕਹਿਣ ਲੱਗਿਆ ਪਹਿਲੀ ਗੱਲ, ਮਾਂ ਕਹਿਣ ਲੱਗੀ ਪਹਿਲੀ ਗੱਲ, ਜੇ ਜੋਗੀ ਬਣਿਆ ਪੁੱਤ ਬਹਿ ਮੱਖਮਲੀ ਗੱਦਿਆਂ 'ਤੇ ਸੌਮੀ। ਬੜਾ ਹੈਰਾਨ ਹੋਇਆ, ਪੁੱਤ ਬਹਿ ਜੇ ਜੋਗੀ ਬਣਿਆ 36 ਪਦਾਰਥ ਖਾਈ, ਕਿਤੇ ਉਦੋਂ ਘੱਟ ਨਾ ਖਾਈ, ਤੂੰ ਜੋਗੀ ਬਣਿਆ, ਤੇਰਾ ਖਾਣਾ ਬਹੁਤ ਕਮਾਲ ਦਾ ਮਹਿੰਗਾ ਹੋਵੇ। ਪੁੱਤ ਬਹਿ ਜੇ ਜੋਗੀ ਬਣਿਆ ਅੱਤ ਦਾ ਕੀਮਤੀ ਕੱਪੜਾ ਪਹਿਨੀ, ਆਮ ਲੋਕਾਂ ਵਰਗੇ ਕੱਪੜੇ ਨਾ ਪਹਿਨੀ, ਸਸਤੇ ਜੇ ਪਹਿਨਦਾ ਫਿਰਦਾ ਉਵੇਂ। ਗੋਪੀਨਾਥ ਨੇ ਗੱਲਾਂ ਸੁਣੀਆਂ ਮਾਂ ਦੀਆਂ ਅਤੇ ਖਿੜਖਿੜਾ ਕੇ ਹੱਸਿਆ। ਕਹਿਣ ਲੱਗਿਆ, ਮਾਂ ਲੱਗਦਾ ਤੂੰ ਮੈਨੂੰ ਜੋਗੀ ਭੇਸ ਵਿੱਚ ਦੇਖ ਕੇ ਦਿਮਾਗੀ ਸੁਲਤੁਲਨ ਗੁਆ ਬੈਠੀ ਹੋਈ ਹੈ। ਕਹਿਣ ਲੱਗੇ, ਕਿਉਂ? ਕਹਿਣ ਲੱਗੇ, ਮਾਂ ਮੈਂ ਜੋਗੀ ਬਣਿਆ, ਜੋਗੀਆਂ ਦੇ ਸੌਣ ਲਈ ਗਦੋਲੜੀਆਂ ਹੁੰਦੀਆਂ ਨੇ, ਖਿੰਤਾਂ ਹੁੰਦੀਆਂ ਨੇ, ਮਖਮਲੀ ਗੱਦੇ ਨਹੀਂ ਹੁੰਦੇ। ਮਾਂ ਜੋਗੀਆਂ ਨੂੰ ਤਾਂ ਪਤਾ ਨਹੀਂ ਪ੍ਰਸ਼ਾਦਾ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ, ਅਤੇ ਤੂੰ ਕਹਿੰਦੀ ਵੀ ਮੈਂ ਅੱਤ ਦਾ ਕੀਮਤੀ ਪ੍ਰਸ਼ਾਦਾ ਛਕਾਂ। ਮਾਂ ਜੋਗੀਆਂ ਦੇ ਪਹਿਨਣ ਲਈ ਤਾਂ ਸਿਰਫ ਲੱਕ ਦੇ ਦੁਆਲੇ ਇੱਕ ਕੱਪੜਾ ਹੁੰਦਾ, ਹੋਰ ਕੋਈ ਵੀ ਨਹੀਂ ਹੁੰਦਾ, ਤੂੰ ਕਿਵੇਂ ਕਹਿੰਦੀ ਵੀ ਮੈਂ ਬਹੁਤ ਵਧੀਆ ਕੱਪੜੇ ਪਹਿਨਾ? ਕਹਿਣ ਲੱਗੀ, ਪੁੱਤ ਸਮਝਿਆ ਨਹੀਂ। ਕਹਿਣ ਲੱਗੇ, ਮਾਂ ਸਮਝਾ ਦੇ। ਕਹਿਣ ਲੱਗੀ, ਪੁੱਤ ਵੇ ਜੇ ਜੋਗੀ ਬਣਿਆ ਉਦੋਂ ਸੌਵੀਂ ਜਦੋਂ ਨੀਂਦ ਤੈਨੂੰ ਪਰੇਸ਼ਾਨ ਕਰਨ ਲੱਗ ਜਾਏ, ਤੈਨੂੰ ਰੱਬੀ ਯਾਦ ਨਾ ਆਉਣ ਦੇਵੇ ਉਦੋਂ ਸੌਵੀਂ। ਉਦੋਂ ਤੂੰ ਭਾਵੇਂ ਜੰਗਲਾਂ ਵਿੱਚ ਵੀ ਸੌਂਜੀ, ਇਵੇਂ ਸੌਏਗਾ ਜਿਵੇਂ ਮਖਮਲੀ ਗੱਦਿਆਂ 'ਚ ਸੁੱਟਾ। ਜੋਗੀ ਬਣਿਆ ਸੌਈ ਨਾ ਜਾਈ ਕਿਤੇ। ਦੂਜੀ ਗੱਲ, ਪੁੱਤਵੇ ਜੇ ਜੋਗੀ ਬਣਿਆ ਤਾਂ ਖਾਣ 'ਤੇ ਹੀ ਲੱਕ ਨਾ ਬੰਨ ਲਵੀਂ, ਉਦੋਂ ਖਾਵੀਂ ਜਦੋਂ ਬਿਨਾਂ ਖਾਧਿਆਂ ਤੈਨੂੰ ਲੱਗੇ ਵੀ ਮੇਰੀ ਜਿੰਦ ਨਿਕਲਣ ਵਾਲੀ ਹੈ, ਉਦੋਂ ਖਾਵੀਂ। ਉਦੋਂ ਸੁੱਕੀਆਂ ਰੋਟੀਆਂ ਵੀ ਤੈਨੂੰ 36 ਪਦਾਰਥ ਵਰਗਾ ਰਸ ਦੇਣਗੀਆਂ, ਕਿਉਂਕਿ ਖਾਣੇ ਦਾ ਸੰਬੰਧ ਤਰ੍ਹਾਂ ਤਰ੍ਹਾਂ ਦੇ ਮਿਰਚ ਮਸਾਲਿਆਂ ਜਾਂ ਵਰਾਇਟੀਆਂ ਨਾਲ ਨਹੀਂ ਹੁੰਦਾ। ਖਾਣੇ ਦਾ ਰਸ ਭੁੱਖ ਨਾਲ ਹੁੰਦਾ, ਜਿੰਨੀ ਭੁੱਖ ਹੋਵੇਗੀ ਉਹਨਾਂ ਖਾਣਾ ਤੈਨੂੰ ਸਵਾਦ ਲੱਗੇਗਾ। ਪੁੱਤ ਵੇ, ਤੀਜੀ ਗੱਲ ਕਹਿਣੀ, ਤੈਨੂੰ ਕੱਪੜੇ ਬੜੇ ਕੀਮਤੀ ਪਾਈ, ਮੇਰਾ ਮਸਲਾ ਇਹ ਲੱਕ ਦੁਆਲੇ ਬੰਨਣ ਵਾਲੇ ਕੱਪੜੇ ਦਾ ਨਹੀਂ ਹੈ, ਮੇਰਾ ਅਰਥ ਹੈ ਤੂੰ ਇਹੋ ਜਿਹਾ ਜੋਗੀ ਬਣੇ, ਤੂੰ ਇਹੋ ਜਿਹਾ ਕਿਰਦਾਰ ਦਾ ਕੱਪੜਾ ਪਹਿਨਿਆ ਹੋਵੇ, ਤੂੰ ਇਹੋ ਜਿਹੇ ਕੀਮਤੀ ਕੱਪੜੇ ਪਹਿਨੇ ਹੋਵਣ, ਜੀਵਨ ਦੇ ਹਰ ਧੀ ਭੈਣ ਤੇਰੇ ਵੱਲ ਦੇਖ ਕੇ ਕਹਿ ਸਕਿਆ ਮੇਰਾ ਵੀਰ ਲੱਗਦਾ,
ਹਰ ਲੜਕੀ ਤੇਰੇ ਵੱਲ ਦੇਖ ਕੇ ਕਹਿ ਸਕੇ ਮੇਰਾ ਬਾਪ ਲੱਗਦਾ, ਮੈਨੂੰ ਇਹਦੇ 'ਚੋਂ ਆਪਣਾ ਬਾਪ ਦਿਸਦਾ। ਹਰ ਲੜਕੀ ਤੈਨੂੰ ਕਹਿ ਸਕੇ ਮੈਨੂੰ ਤੇਰੇ 'ਚੋਂ ਰੱਬ ਦਿਸਦਾ। ਤੇਰੀਆਂ ਅੱਖਾਂ 'ਚੋਂ ਵਿਕਾਰੀ ਭਾਵਨਾ ਨਾ ਝਲਕਦੀ ਹੋਵੇ। ਪੁੱਤਵੇ ਸਿਰ ਤੋਂ ਪੈਰਾਂ ਤੱਕ ਕੀਮਤੀ ਕੱਪੜਾ ਪਾਈ, ਤੂੰ ਕਦੇ ਸਸਤੇ ਕੱਪੜੇ ਨਾ ਪਾਈ। ਮਾਂ ਦੇ ਪੈਰੀ ਹੱਥ ਲਾ ਦਿੱਤਾ, ਕਹਿਣ ਲੱਗੇ ਮਾਂ ਤੂੰ ਅੱਜ ਵੀ ਕੀਮਤੀ ਰਾਤ ਦਿੱਤੀ ਹੈ, ਮਾਂ ਕਦੇ ਖਾਲੀ ਨਹੀਂ ਮੋੜਦੀ। ਇਹ ਗੀਵੇ ਮੋਤੀ ਤਾਂ ਦੂਜਿਆਂ ਲੈ ਜਾਣੇ, ਪਰ ਜਿਹੜੀ ਮਾਂ ਨੇ ਆਸ਼ੀਰਵਾਦ ਦਿੱਤੀ ਉਹ ਅੱਜ ਵੀ ਮੇਰੇ ਕੋਲ ਹੀ ਰਹਿਣੀ ਹੈ, ਸਾਰੀ ਜ਼ਿੰਦਗੀ ਮੇਰੇ ਕੋਲ ਰਹਿਣੀ ਹੈ। ਗੁਰਦੇਵ ਜੀ ਆਖਦੇ ਨੇ, ਕਹਿਣ ਲੱਗੇ ਭਲਿਆ ਇਹ ਇਕੱਲੇ ਤੂੰ ਗਦੋਲੜੀ ਬਣਾ ਕੇ ਖਿੰਥਾ ਬਣਾ ਕੇ ਪੈ ਜਾਂਦਾ, ਇਹਦੇ ਨਾਲ ਕੀ ਫਿਕਰ ਹੋਇਆ? ਗਦੋਲੜੀ ਨੇ ਤੈਨੂੰ ਨਹੀਂ ਉਠਾਉਣਾ, ਖਿੰਥਾ ਨੇ ਤੈਨੂੰ ਨਹੀਂ ਉਠਾਉਣਾ, ਤੈਨੂੰ ਉਠਾਉਣਾ ਜਦੋਂ ਤੈਨੂੰ ਯਾਦ ਆਏਗਾ ਮੇਰੀ ਜ਼ਿੰਦਗੀ ਦੇ ਦਿਨ ਗਿਣਵੇਂ ਨੇ, ਮੈਂ ਇਹਨੂੰ ਸੰਭਲ ਸੰਭਲ ਕੇ ਰੱਬ ਦੀ ਯਾਦ ਵਿੱਚ ਵਰਤਾਂ। ਜਿਹਨੂੰ ਚੇਤਾ ਹੋਵੇ ਮੇਰੇ ਕੋਲ ਦਿਨ ਬੜੇ ਥੋੜ੍ਹੇ ਨੇ, ਫਰੀਦਾ ਜੇ ਜਾਣਾ ਤਿਲ ਥੋੜ੍ਹੇ, ਸੰਭਲ ਬੁੱਕ ਭਰੀ ਜੇ ਜਾਣਾ ਸ਼ੋ ਨੱਡੜਾ, ਤਾਂ ਥੋੜ੍ਹਾ ਮਾਣ ਕਰੀ। ਮੈਨੂੰ ਪਤਾ ਲੱਗ ਜਾਏ ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਕਾਇਆਂ ਨੂੰ ਵਿਸ਼ੇ ਵਿਕਾਰਾਂ ਤੋਂ ਕੁਆਰੀ ਰੱਖਣਾ, ਇਹਨੂੰ ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਮੋਹ ਨੂੰ ਹੰਕਾਰ ਨੂੰ ਇਹਨੂੰ ਦਾਗ ਨਹੀਂ ਲੱਗਣ ਦੇਣੇ। ਆਉਂਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਿੱਖ ਕੋਲ ਵੀ ਆਉਂਦੇ ਨੇ, ਸਿੱਖ ਕੋਈ ਇਹਨਾਂ ਤੋਂ ਵੱਖਰਾ ਨਹੀਂ ਹੈ, ਪਰ ਸਿੱਖ ਇਹਨਾਂ ਦੇ ਮਗਰ ਦਾਗ ਨਹੀਂ ਲੱਗਣ ਦਿੰਦਾ। ਦਾਗ ਦਾ ਮਤਲਬ ਇਹ ਹੈ ਵੀ ਕਾਮ ਦੇ ਅਧੀਨ ਹੋ ਕੇ ਇਹੋ ਜਿਹੇ ਕੰਮ ਨਹੀਂ ਕਰਨੇ ਜਿਹਦੇ ਨਾਲ ਮੇਰੀ ਸ਼ਖਸੀਅਤ ਨੂੰ ਦਾਗ ਲੱਗ ਜਾਏ। ਕ੍ਰੋਧ ਦੇ ਅਧੀਨ ਹੋ ਕੇ ਮੈਂ ਇਹੋ ਜਿਹੇ ਕੰਮ ਨਹੀਂ ਕਰਨੇ ਜਿਹਦੇ ਨਾਲ ਮੇਰੀ ਸ਼ਖਸੀਅਤ ਦਾਗੀ ਹੋ ਜਾਏ। ਸਤਿਗੁਰੂ ਜੀ ਦੀ ਬਾਣੀ ਦੇ ਇੱਕ ਬਚਨ ਪੜ੍ਹਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਕਾਮ ਕ੍ਰੋਧ ਜੈ ਪਰਸੈ ਨਾਹਿਨ, ਪੰਕਤੀ ਯਾਦ ਹੋਣੀ ਤੁਹਾਨੂੰ, ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘੱਟ ਬ੍ਰਹਮ ਨਿਵਾਸਾ, ਉੱਥੇ ਤਾਂ ਬ੍ਰਹਮ ਦਾ ਨਿਵਾਸ ਹੈ, ਉੱਥੇ ਕਦੇ ਕੋਈ ਦਾਗ ਨਹੀਂ ਲੱਗਦਾ। ਕੁਆਰੀ ਕਾਇਆ, ਕਾਇਆ ਨੂੰ ਕੁਆਰੀ ਰੱਖਣਾ, ਜੁਗਤ ਡੰਡਾ ਪ੍ਰਤੀਤ, ਮੈਂ ਇੱਕ ਵਾਰੀ ਪੰਕਤੀ ਫਿਰ ਪੜ੍ਹਾਂ, ਅਰਥ ਇਹਦਾ ਵਿਸ਼ਰਾਮ ਗਲਤ ਲੱਗ ਗਿਆ। ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਇਹ ਜੁਗਤੀ ਹੈ, ਇਹ ਜੁਗਤੀ ਹੈ ਜੀਵਨ ਦੀ, ਆਪਣੀ ਕਾਇਆ ਨੂੰ ਕੁਆਰੀ ਰੱਖਣਾ ਇਹ ਜੁਗਤੀ ਹੈ। ਡੰਡਾ ਪ੍ਰਤੀਤ ਵਿਸ਼ਵਾਸ, ਪ੍ਰਤੀਤ ਦਾ ਮਤਲਬ ਹੁੰਦਾ ਵਿਸ਼ਵਾਸ, ਜਿਵੇਂ ਜੋਗੀ ਇੱਕ ਡੰਡਾ ਰੱਖਦਾ ਨਾ, ਤੈਨੂੰ ਇਹ ਡੰਡੇ ਰੱਖਣ ਦੀ ਲੋੜ ਨਹੀਂ, ਤੈਨੂੰ ਰੱਬ 'ਤੇ ਪ੍ਰਤੀਤ ਹੋਵੇ, ਤੈਨੂੰ ਰੱਬ 'ਤੇ ਭਰੋਸਾ ਹੋਵੇ, ਤੈਨੂੰ ਰੱਬ 'ਤੇ ਯਕੀਨ ਹੋਵੇ। ਇਹ ਸ਼ਬਦ ਬੜਾ ਪਿਆਰਾ, ਪਰ ਮੇਰੇ ਕੋਲ ਇੰਨਾ ਵਕਤ ਨਹੀਂ ਹੁੰਦਾ ਮੈਂ ਤੁਹਾਡੇ ਨਾਲ ਖੁੱਲ੍ਹ ਕੇ ਸਾਂਝਾ ਕਰ ਸਕਾਂ। ਇੱਕ ਹੱਥ ਜੋੜ ਬੇਨਤੀ ਕਰਾਂ, ਤੁਸੀਂ ਗੁਰੂ 'ਤੇ ਅੱਤ ਦਾ ਵਿਸ਼ਵਾਸ ਕਰਿਓ। ਜੇ ਜਾਂਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਇਸ ਮਨ ਪ੍ਰਗਟਾਇਆ। ਗੁਰੂ 'ਤੇ ਵਿਸ਼ਵਾਸ ਨੇ ਰਿਸ਼ਤਾ ਜੋੜਨਾ। ਸਾਹਿਬ ਜੀ ਕਹਿੰਦੇ ਨੇ ਡੰਡਾ ਪ੍ਰਤੀਤ, ਡੰਡਾ ਪ੍ਰਤੀਤ ਦਾ ਅਰਥ ਹੈ ਤੇਰੇ ਕੋਲ ਵਿਸ਼ਵਾਸ ਦਾ ਡੰਡਾ ਹੋਵੇ। ਹੁਣ ਸਮਝਿਓ ਇਸ ਗੱਲ ਨੂੰ, ਥੋੜ੍ਹਾ ਜਿਹੀ ਚੰਦ ਸ਼ਬਦਾਂ ਵਿੱਚ ਮੈਂ ਸਾਂਝੀ ਕਰਨੀ ਚਾਹੁੰਦਾ। ਖਿਆਲ ਰੱਖਿਓ, ਜੇ ਜੋਗੀ ਤਾਂ ਡੰਡੇ ਨਾਲ ਮੋੜਦਾ ਹੈ ਨਾ, ਆਪਾਂ ਜਦੋਂ ਕਿਸੇ ਦੇ ਘਰ ਜਾਈਏ ਅਤੇ ਉਹਦੇ ਵਿਹੜੇ 'ਚ ਪੈਰ ਰੱਖਦਿਆਂ ਸਾਰ ਕੁੱਤਾ ਵੱਢ ਵੱਢ ਖਾਣ ਨੂੰ ਪੈਂਦਾ,
ਭਾਵੇਂ ਬੰਨਿਆ ਵੀ ਹੋਵੇ ਫਿਰ ਵੀ ਉਹ ਕੋਸ਼ਿਸ਼ ਕਰਦਾ ਮੈਂ ਸੰਗਲੀ ਤੜਾ ਕੇ ਵੀ ਇਸ ਬੰਦੇ ਨੂੰ ਢਾਲਾਂ। ਵਾਰ ਵਾਰ ਕੁੱਤਾ ਭੌਂਕਦਾ, ਹੁਣ ਤੁਸੀਂ ਲੱਖ ਜ਼ੋਰ ਲਾਈ ਜਾਓ, ਕਦੇ ਉਹਨੂੰ ਪੁਚਕਾਰਦੇ ਹੋ ਨਹੀਂ ਮੰਨਦਾ, ਕਦੇ ਉਹਨੂੰ ਡਰਾਉਂਦੇ ਹੋ ਨਹੀਂ ਮੰਨਦਾ, ਕਦੇ ਕੁਛ ਕਰਦੇ ਹੋ ਕਦੇ ਕੁਛ, ਉਹ ਕੁਛ ਨਹੀਂ, ਉਹ ਮੰਨਦਾ ਹੀ ਨਹੀਂ ਤੁਹਾਡੀ ਗੱਲ, ਭੌਂਕੀ ਜਾ ਰਿਹਾ, ਬੇਹੱਦ ਭੌਂਕੀ ਜਾ ਰਿਹਾ ਅਤੇ ਟੁੱਟ ਟੁੱਟ ਪੈਂਦਾ। ਇੰਨੇ 'ਚ ਤੁਸੀਂ ਇੱਕ ਜੁਗਤੀ ਵਰਤੀ, ਜੁਗਤੀ ਬੜੀ ਪਿਆਰੀ ਸੀ। ਤੁਸੀਂ ਘਰ ਵਾਲੇ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਸਰਾਰ ਜੀ ਪਹਿਲਾਂ ਇਹਨੂੰ ਸਾਂਭਿਓ। ਉਹ ਬੰਦੇ ਨੇ ਜਿਹੜੇ ਨੇ ਕੁੱਤਾ ਰੱਖਿਆ ਹੋਇਆ, ਉਹਨੇ ਇੱਕ ਝਿੜਕ ਦਿੱਤੀ, ਕੁੱਤਾ ਚੁੱਪ ਕਰਕੇ ਬੈਠ ਗਿਆ। ਉਹਨੇ ਇੱਕੋ ਝਿੜਕ ਦਿੱਤੀ, ਤੁਸੀਂ 100 ਤਰਲੇ ਕਰ ਲਏ, ਕਦੇ ਪੁਚਕਾਰ ਵੀ ਰਹੇ ਹੋ, ਕਦੇ ਉਹਨੂੰ ਲਾਲਚ ਵੀ ਦੇ ਰਹੇ ਹੋ, ਕਦੇ ਉਹਨੂੰ ਡਰਾ ਵੀ ਰਹੇ ਹੋ, ਪਰ ਤੁਹਾਡੀ ਗੱਲ ਇੱਕ ਵੀ ਨਹੀਂ ਮੰਨਦਾ। ਮਾਲਕ ਨੂੰ ਕਹਿ ਦਿੱਤਾ, ਉਹ ਉਸੇ ਵੇਲੇ ਚੁੱਪ ਕਰਕੇ ਬੈਠ ਗਿਆ। ਅਸੀਂ ਵੀ ਇਵੇਂ ਹੀ ਕਰਨਾ, ਸਾਡੇ ਅੰਦਰ ਪ੍ਰਤੀਤ ਹੋਵੇ, ਸਾਡੇ ਅੰਦਰ ਵਿਸ਼ਵਾਸ ਹੋਵੇ, ਕਾਮ ਦੇ ਕੁੱਤੇ ਨਾਲ, ਕ੍ਰੋਧ ਦੇ ਕੁੱਤੇ ਨਾਲ, ਲੋਭ ਮੋਹ ਹੰਕਾਰ ਦੇ ਕੁੱਤੇ ਨਾਲ ਅਸੀਂ ਜਿੰਨਾ ਮਰਜ਼ੀ ਝਗੜੀ ਜਾਈਏ, ਸਾਡੇ ਕੋਲੋਂ ਇਹਨਾਂ ਨੇ ਬੱਸ ਵਿੱਚ ਨਹੀਂ ਆਉਣਾ। ਇਸ ਦੇ ਬਣਾਏ ਹੋਏ ਮਾਲਕ ਨੂੰ ਬੇਨਤੀ ਕਰ ਦਈਏ, ਮਾਲਕ ਤੂੰ ਕਿਰਪਾ ਕਰ, ਇਹਨਾਂ ਤੋਂ ਮੇਰੀ ਰੱਖਿਆ ਕਰ, ਮੈਨੂੰ ਬਚਾ ਲੈ। ਇੱਥੇ ਕੁੱਕਰ ਹਉ ਬੇਗਾਨਾ ਭੌਂਕਾ ਇਸਤਨ ਤਾਈਂ, ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾ ਨਾ ਜਾਈ। ਮਾਲਕ ਤੂੰ ਕਿਰਪਾ ਕਰ। ਜਦੋਂ ਪਰਮੇਸ਼ੁਰ ਨੇ ਇੱਕ ਝਿੜਕ ਦੇ ਦਿੱਤੀ ਨਾ ਇਹਨਾਂ ਕੁੱਤਿਆਂ ਨੂੰ, ਤਾਂ ਇਹਨਾਂ ਪੰਜਾਂ ਨੇ ਸ਼ਾਂਤ ਹੋ ਕੇ ਬੈਠ ਜਾਣਾ। ਉਹ ਬੰਦਿਆ, ਤੂੰ ਆਰਾਮ ਨਾਲ ਆਪਣੇ ਮਾਲਕ ਨੂੰ ਮਿਲ ਸਕਦਾ, ਹੁਣ ਤੂੰ 100 ਦਰ 'ਤੇ ਪਹੁੰਚੇ ਹੋਇਆ, ਬਸ ਇਹਨਾਂ ਬੇਕਾਰਾਂ ਰੂਪੀ ਕੁੱਤਿਆਂ ਨੂੰ ਸ਼ਾਂਤ ਕਰ ਲੈ ਅਤੇ ਪ੍ਰਤੀਤ ਮਾਲਕ ਦੇ ਰੱਖੀ, ਤੇਰੇ ਕਰਿਆਂ ਚੁੱਪ ਨਹੀਂ ਹੋਣਾ ਇਹਨਾਂ ਨੇ। ਇਹੋ ਜਿਹਾ ਜੋਗੀ ਬਣ, ਕਹਿੰਦੇ ਮਾਲਕ ਨੂੰ ਇਹ ਕੰਮ ਕਰੋ, ਤੇ ਲੋਭ ਹੰਕਾਰ ਮੈਨੂੰ ਵੱਢ ਵੱਢ ਖਾਂਦੇ ਨੇ। ਇੱਕ ਵਾਰੀ ਮਾਲਕ ਨੂੰ ਕਹਿ ਕੇ ਤਾਂ ਦੇਖੋ, ਸ਼ਾਂਤ ਕਰ ਦੇਗਾ। ਕੁੱਤਾ ਰਹਿੰਦਾ ਘਰ 'ਚ ਹੀ ਹੈ, ਕੁੱਤਾ ਬਾਹਰ ਨਹੀਂ ਜਾਂਦਾ, ਪਰ ਹੁਣ ਭੌਂਕਦਾ ਨਹੀਂ ਹੈ। ਸਾਹਿਬ ਜੀ ਆਖਦੇ ਨੇ, ਆਈ ਪੰਥੀ ਸਭ ਤੋਂ ਸ੍ਰੇਸ਼ਟ ਧਰਮੀ ਬਣ ਜਾਏਗਾ ਤੂੰ। ਇਹਨੂੰ ਉਪਦੇਸ਼ ਨੂੰ ਕੋਈ ਵੀ ਕਮਾਵੇ, ਮੈਨੂੰ ਮਾਫ ਕਰਿਓ, ਇਹਨੂੰ ਸਿੱਖੀ ਦੇ ਵਿਹੜੇ ਤੱਕ ਸੀਮਤ ਨਾ ਰੱਖ ਲਿਓ। ਇਹਨੂੰ ਕੋਈ ਵੀ ਕਮਾਵੇ, ਭਾਵੇਂ ਕੋਈ ਸਿੱਖ ਹੈ, ਭਾਵੇਂ ਕੋਈ ਜੈਨੀ ਹੈ, ਭਾਵੇਂ ਕੋਈ ਬੋਧੀ ਹੈ, ਭਾਵੇਂ ਕਿਸੇ ਨੇ ਕੇਸ ਰੱਖੇ ਨਹੀਂ ਰੱਖੇ, ਉਹ ਗੱਲ ਵੱਖਰੀ ਹੈ, ਪਰ ਜੇ ਕੋਈ ਵੀ ਕਮਾਵੇ ਇਸ ਉਪਦੇਸ਼ ਨੂੰ, ਰੋਗੀ ਹੋਵੇ, ਸੋਗੀ ਹੋਵੇ, ਮੈਂ ਹਰ ਵਾਰੀ ਬੇਨਤੀ ਕਰਨਾ, ਉਹ ਮਾਲਕ ਦੇ ਘਰ ਕਬੂਲ ਹੋ ਸਕਦਾ। ਆਈ ਪੰਥੀ ਸਭ ਤੋਂ ਸ੍ਰੇਸ਼ਟ ਧਰਮੀ ਉਹ ਹੈ, ਜੋਗੀਆਂ ਵਿੱਚੋਂ ਜਿਵੇਂ ਆਈ ਪੰਥੀ ਸਭ ਤੋਂ ਸ੍ਰੇਸ਼ਟ ਹੈ। ਸਾਹਿਬ ਕਹਿੰਦੇ, ਭਲਿਆ ਇਹ ਗੁਣ ਧਾਰਨ ਕਰ, ਸਾਡੇ ਘਰ ਵਿੱਚ ਸ੍ਰੇਸ਼ਟ ਬੰਦਾ ਉਹ ਹੈ, ਸ੍ਰੇਸ਼ਟ ਬੰਦਾ ਬਣ ਜਾਏਗਾ ਜੇ ਤੂੰ ਇਹਨਾਂ ਗੁਣਾਂ ਦਾ ਧਾਰਨੀ ਹੋਏਗਾ। ਹੁਣ ਅਗਲੀ ਗੱਲ ਬੜੀ ਪਿਆਰੀ ਹੈ, ਸਗਲ ਜਮਾਤੀ, ਜਮਾਤੀ ਤਾਂ ਸ਼ਬਦ ਸਮਝਦੇ ਹੋ ਨਾ, ਸਾਡੇ ਪੰਜਾਬੀ ਦਾ ਹੈ, ਆਮ ਸ਼ਬਦ ਹੈ, ਅੱਜ ਕੱਲ੍ਹ ਉਹਦਾ ਬਦਲਿਆ ਰੂਪ ਕਲਾਸ ਫੈਲੋ। ਮੇਰਾ ਇਹ ਜਮਾਤੀ ਹੈ, ਇਹ ਮੇਰਾ ਕਲਾਸ ਫੈਲੋ ਹੈ, ਜਿਹੋ ਜਿਹਾ ਮੈਂ ਉਹੋ ਜਿਹਾ ਹੀ ਇਹ ਹੈ, ਇਹਦਾ ਮੇਰਾ ਸਟੇਟਸ ਬਰਾਬਰ ਹੈ, ਜਿੰਨਾ ਕੁ ਸਟੈਂਡਰਡ ਇਹਦਾ ਉਨਾ ਕੁ ਸਟੈਂਡਰਡ ਮੇਰਾ ਹੈ। ਹੋਵੇ ਸ੍ਰੇਸ਼ਟ ਧਰਮੀ, ਸਮਝੇ ਸਾਰਿਆਂ ਨੂੰ ਇੱਕੋ ਜਿਹੇ, ਸਗਲ ਜਮਾਤੀ ਸਾਰਿਆਂ ਨੂੰ ਆਪਣੇ ਜਮਾਤੀ ਸਮਝੇ, ਇਹ ਨਾ ਸੋਚੇ ਵੀ ਕੋਈ ਮੇਰੇ ਨਾਲੋਂ ਨੀਮ ਹੈ, ਇਹ ਨਾ ਕਵੇ ਸ਼ਰਾਬ ਪੀਂਦਾ ਮੈਂ ਨਫ਼ਰਤ ਕਰਨੀ ਹੈ, ਇਹ ਨਾ ਕਵੇ ਰਿਸ਼ਵਤ ਲੈਂਦਾ ਮੈਂ ਨਫ਼ਰਤ ਕਰਨੀ ਹੈ। ਉਹ ਜੇ ਨਫ਼ਰਤ ਕਰਨੀ ਹੁੰਦੀ, ਗੁਰੂ ਨਾਨਕ ਸਾਹਿਬ ਠੱਗਾਂ ਦੇ ਘਰ ਰਬਾਬ ਕਿਉਂ ਵਜਾਉਂਦਾ? ਜੇ ਨਫ਼ਰਤ ਕਰਨੀ ਹੁੰਦੀ, ਉਹ ਸਿੱਖਾ ਗੁਰੂ ਨਾਨਕ ਸਾਹਿਬ ਕੌੜੀਆਂ ਨੂੰ ਗਲਵੱਕੜੀ 'ਚ ਕਿਉਂ ਲੈਂਦਾ? ਸਗਲ ਜਮਾਤੀ, ਤੂੰ ਤਾਂ ਕਿਹੋ ਜਿਹਾ ਧਰਮੀ ਬਣ ਗਿਆ, ਥਾਲੀ ਨੂੰ ਹੱਥ ਲੱਗ ਜਾਏ
ਤੂੰ ਕਹਿੰਦਾ ਮੇਰਾ ਧਰਮ ਭ੍ਰਿਸ਼ਟ ਹੋ ਗਿਆ। ਇੱਕ ਇਹੋ ਜਿਹਾ ਧਰਮ ਸੀ ਉਹ ਤੇਰਾ, ਸਗਲ ਜਮਾਤੀ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਝਗੜਾ ਹੀ ਕੋਈ ਨਹੀਂ ਰਹੇਗਾ ਜੇ ਕਿਤੇ ਆ ਗੱਲ ਸਿੱਖ ਲਈਏ ਗੁਰੂ ਦੇ ਘਰ ਦੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਪ੍ਰਣਵਤ ਨਾਨਕ ਤਾਰੈ ਸੋਏ, ਸਗਲ ਜਮਾਤੀ ਸਾਰੇ ਮੇਰੇ ਜਮਾਤੀ ਨੇ, ਸਾਰੇ ਮੇਰੇ ਵਰਗੇ ਹੀ ਨੇ, ਸਾਰੇ ਉਸੇ ਪਰਮੇਸ਼ਰ ਦੇ ਨੂਰ ਵਿੱਚੋਂ ਪੈਦਾ ਹੋਏ ਨੇ, ਸਾਰੇ ਹੀ ਚੰਗੇ ਨੇ। ਰੱਬਾ ਕਿਰਪਾ ਕਰ, ਜਿਹਨਾਂ ਕੋਲ ਗੁਣ ਨਹੀਂ ਵੀ ਹੈ ਉਹਨਾਂ ਦੀ ਝੋਲੀ ਵਿੱਚ ਗੁਣ ਪਾ ਦੇ, ਉਹ ਵੀ ਚੰਗੇ ਲੋਕ ਬਣ ਜਾਣ। ਮਨ ਜੀਤੈ ਜਗ ਜੀਤ, ਕਹਿੰਦੇ ਤੂੰ ਤਾਂ ਰਿੱਧੀਆਂ ਸਿੱਧੀਆਂ ਦਿਖਾ ਦਿਖਾ ਕੇ ਲੋਕਾਂ ਨੂੰ ਜਿੱਤਣ ਵਿੱਚ ਲੱਗੇ ਹੋਏ ਹਨ। ਮੇਰੇ ਵਰਗੇ ਧਰਮ ਦਾ ਸ਼ਿੰਗਾਰ ਬਹੁਤਾ ਤਾਂ ਹੀ ਕਰਦੇ ਨੇ ਨਾ ਵੀ ਲੋਕ ਬੱਸ ਵਿੱਚ ਆ ਜਾਣ। ਗੁਰਦੇਵ ਦਾ ਇੱਕ ਬਚਨ ਪੜ੍ਹਦੇ ਹਾਂ, ਬੜਾ ਸੌਖਾ ਹੋ ਜਾਏਗਾ ਕੰਮ ਆਪਣਾ। ਰਹਿਤ ਅਵਰ ਕਿਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਜਾਨਣ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ। ਭੇਖ ਹਮੇਸ਼ਾ ਬਾਹਰ ਹੁੰਦਾ, ਬਾਹਰ ਭੇਖ ਨਾ ਕਾਹੂੰ ਭੀਨ, ਅਵਰ ਉਪਦੇਸ਼ੈ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਕਹਿਣ ਲੱਗੇ ਰਹਿਤ ਕੁਛ ਹੋਰ ਹੈ, ਕਮਾਉਂਦਾ ਕੁਛ ਹੋਰ ਹੈ, ਲੋਕਾਂ ਨੂੰ ਦਿਖਾਉਂਦਾ। ਲੋਕ ਪਚਾਰਾ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਲੋਕਾਂ ਦੀਆਂ ਵਡਿਆਈਆਂ ਲੈਣ 'ਚ ਲੱਗਿਆ ਹੋਇਆ। ਜਿਹੜਾ ਬੰਦਾ ਸਤਿਗੁਰੂ ਤੋਂ ਕੁਝ ਵੱਖਰਾ ਹੋ ਕੇ ਕਰਦਾ, ਯਕੀਨ ਕਰਕੇ ਜਾਣੇ ਉਹ ਸਿਰਫ ਲੋਕਾਂ ਨੂੰ ਭੇਖ ਦਿਖਾ ਰਿਹਾ, ਉਹ ਭਾਵੇਂ ਕੋਈ ਵੀ ਹੋਵੇ। ਜੇ ਉਹ ਗੁਰੂ ਤੋਂ ਕੁਝ ਵੱਖਰਾ ਕਰਕੇ ਦਿਖਾ ਰਿਹਾ, ਤੁਹਾਡੇ 'ਚ ਬੜਾ ਅਸਰ ਹੈ, ਫਲਾਣੇ ਬਾਬਾ ਜੀ ਨੇ ਆਹ ਕਰ ਦਿੱਤਾ, ਫਲਾਣੇ ਬਾਬਾ ਜੀ ਨੇ ਆਹ ਕਰ ਦਿੱਤਾ, ਜਿਹੜਾ ਗੁਰੂ ਤੋਂ ਵੱਖਰਾ ਹੋ ਕੇ ਕਰ ਰਿਹਾ ਨਾ, ਮੈਂ ਨਹੀਂ ਕਹਿੰਦਾ, ਗੁਰੂ ਦੀ ਬਾਣੀ ਕਹਿੰਦੀ ਹੈ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਜਿਹਨੂੰ ਸਤਿਗੁਰ ਦੀ ਮਤ ਆ ਗਈ, ਬਾਬੇ ਬੁੱਢੇ ਦੇ ਪਰਿਵਾਰ ਨੇ ਕੋਈ ਕੀਤਾ ਵੱਖਰਾ ਕੰਮ? ਜਿਹਨੂੰ ਸਤਿਗੁਰ ਦੀ ਮਤ ਆ ਗਈ, ਭਾਈ ਗੁਰਦਾਸ ਦੇ ਪਰਿਵਾਰ ਨੇ ਕੀਤਾ ਕੋਈ ਵੱਖਰਾ ਕੰਮ? ਜਿਹਨੂੰ ਸਤਿਗੁਰ ਦੀ ਮਤ ਆ ਗਈ, ਭਾਈ ਮਨੀ ਸਿੰਘ ਦੇ ਪਰਿਵਾਰ ਨੇ ਕੀਤਾ ਕੋਈ ਕੰਮ? 53 ਸ਼ਹੀਦ ਨੇ ਇੱਕੋ ਪਰਿਵਾਰ ਦੇ, ਉਹ 'ਤੇ ਆਪਣਾ ਡੇਰਾ ਬਣਾ ਕੇ ਬੈਠ ਜਾਂਦਾ, ਦੁਨੀਆ ਨੇ ਪੂਜਣ ਲੱਗ ਪੈਣਾ ਸੀ ਲੇਕਿਨ ਉਹਨੇ ਨਹੀਂ ਬਣਾਇਆ। 5 ਪਿਆਰਿਆਂ ਦਾ ਕਿੰਨਾ ਸਨਮਾਨ ਹੈ, ਤੁਸੀਂ ਕਿਹੜਾ ਪ੍ਰਸ਼ਾਲਾ 'ਚ ਵੀ ਵਰਤਾਉਂਦੇ ਹੋ, ਪਹਿਲਾਂ 5 ਦਾ ਕੱਢਦੇ ਹੋ। ਅਤੇ ਭਾਈ ਦਇਆ ਸਿੰਘ ਦਾ ਅੱਜ ਲੋਕਾਂ ਨੂੰ ਘਰ ਵੀ ਨਹੀਂ ਸੀ ਪਤਾ, ਭਾਈ ਧਰਮ ਸਿੰਘ ਦਾ ਲੋਕਾਂ ਨੂੰ ਘਰ ਵੀ ਨਹੀਂ ਪਤਾ ਵੀ ਘਰ ਕਿੱਥੇ ਕੁ ਹੈ, ਅਤੇ ਉਹਨਾਂ ਦਾ ਕੋਈ ਡੇਰਾ ਬਣਾਇਆ? ਅਸੀਂ 4 ਗੱਲਾਂ ਗੁਰੂ ਕੋਲੋਂ ਸਿੱਖ ਕੇ 5ਵੇਂ ਦਿਨ ਡੇਰਾ ਬਣਾ ਕੇ ਬੈਠ ਜਾਂਦੇ ਹਾਂ। ਇਹ ਉਹ ਲੋਕ ਨੇ ਜਿਹੜੇ ਲੋਕਾਂ ਨੂੰ ਭਰਮਾਉਣ 'ਤੇ ਲੱਗੇ ਹੋਏ ਨੇ, ਉਹਨਾਂ ਨੇ ਆਪਣਾ ਮਨ ਵੱਸ ਵਿੱਚ ਨਹੀਂ ਕੀਤਾ। ਮਨ ਵੱਸ ਵਿੱਚ ਕੀਤਾ ਹੁੰਦਾ ਤਾਂ ਦੁਨੀਆ ਦੀ ਉਪਮਾ ਨੂੰ ਛੱਡ ਦਿੰਦੇ, ਤਿਆਗ ਦਿੰਦੇ ਬਿਲਕੁਲ। ਮੈਂ ਦੁਨੀਆ ਤੋਂ ਕੀ ਲੈਣਾ, ਮੈਂ ਸੰਸਾਰ ਤੋਂ ਕੀ ਲੈਣਾ, ਇਹ ਤਾਂ ਲੋਕ ਦਿਖਾਵੇ ਦੀਆਂ ਗੱਲਾਂ ਨੇ ਸਾਰੀਆਂ ਜਿਹੜੀਆਂ ਅਸੀਂ ਕਰਨੇ ਹਾਂ। ਇਹਨਾਂ ਵਿੱਚ ਕੋਈ ਵੀ ਸੱਚ ਨਹੀਂ, ਭਾਵੇਂ ਕਿਵੇਂ ਦੀ ਹੋਵੇ, ਭਾਵੇਂ ਕਿਵੇਂ ਦੀ ਹੋਵੇ। ਜਿਹੜੀ ਗੱਲ ਲੋਕ ਦਿਖਾਵੇ ਲਈ ਆ, ਉਹ ਸਿਰਫ ਜਗਤ ਨੂੰ ਜਿੱਤਣ ਵਾਸਤੇ। ਸਾਹਿਬ ਕਹਿੰਦੇ ਜਗਤ ਨੂੰ ਜਿੱਤ ਕੇ ਤੂੰ ਕੀ ਲੈਣਾ, ਕਿਤੇ ਆਪਣੇ ਮਨ ਨੂੰ ਜਿੱਤ ਲੈਂਦਾ। ਇੱਕ ਛੋਟੀ ਜਿਹੀ ਕਹਾਣੀ ਦਾ ਮੈਂ ਸਹਾਰਾ ਲੈਣ ਲੱਗਾ, ਉਹਨੂੰ ਬੜੇ ਧਿਆਨ ਵਿੱਚ ਰੱਖਿਓ। ਕਹਾਣੀ ਬੜੀ ਛੋਟੀ ਜਿਹੀ ਪਰ ਰਸਦਾਇਕ ਬੜੀ ਹੈ। ਇੱਕ ਫਕੀਰ ਕਿਸੇ ਹਲਵਾਈ ਦੀ ਦੁਕਾਨ 'ਤੇ ਇੱਕ ਪਲ ਖਲੋਤਾ ਅਤੇ ਅੱਗੇ ਤੁਰ ਪਿਆ। ਉਹ ਗਰਮ ਗਰਮ ਜਲੇਬੀਆਂ ਕੱਢ ਰਿਹਾ ਸੀ ਅਤੇ ਉਸ
ਹਲਵਾਈ ਨੇ ਆਵਾਜ਼ ਮਾਰ ਲਈ, ਕਹਿਣ ਲੱਗੇ ਬਾਬਾ ਜੀ ਵਾਪਸ ਮੁੜ ਆਏ। ਕਹਿੰਦੇ ਦਸ ਪੁੱਤ। ਕਹਿੰਦੇ ਕੀ ਗੱਲ, ਰੁਕੇ ਵੀ ਅਤੇ ਤੁਰ ਵੀ ਪਏ? ਕਹਿੰਦੇ ਪੁੱਤ ਮਨ ਜੀ ਕਰਿਆ ਸੀ, ਮਨ ਕਰਿਆ ਸੀ ਵੀ ਮੈਂ ਗਰਮ ਗਰਮ ਜਲੇਬੀਆਂ ਖਾਵਾਂ। ਖਾ ਲਓ ਬਾਬਾ ਜੀ। ਕਹਿਣ ਲੱਗੇ ਪੁੱਤ ਮੇਰੇ ਕੋਲ ਪੈਸੇ ਨਹੀਂ, ਅੱਜ ਪੈਸੇ ਨਹੀਂ। ਉਹ ਕਹਿੰਦੇ ਬਾਬਾ ਜੀ ਛੱਡੋ ਪਰੇ, ਕੋਈ ਗੱਲ ਨਹੀਂ ਬਈ, ਐਵੇਂ ਖਾ ਲਓ। ਉਹ ਕਹਿੰਦਾ ਮੈਂ ਐਵੇਂ ਫਰੀ ਦੀਆਂ ਨਹੀਂ ਖਾਣੀਆਂ, ਰੋਜ਼ ਦੀ ਆਦਤ ਬਣ ਜਾਏਗੀ। ਕਹਿਣ ਲੱਗੇ ਉਧਾਰ ਕਰ ਲਓ। ਉਹ ਕਹਿਣ ਲੱਗੇ ਉਧਾਰ ਹੀ ਕੀਤਾ, ਕਹਿੰਦੇ ਖਾਧੀਆਂ ਤਾਂ ਹੈ ਨਹੀਂ। ਕਹਿਣ ਲੱਗੇ ਉਧਾਰ ਆਪਣੇ ਮਨ ਨਾਲ ਕਰ ਲਿਆ ਵੀ ਜਿੱਦਣ ਪੈਸੇ ਹੋਏ ਤੈਨੂੰ ਮੈਂ ਖਵਾ ਦਿਆਂਗਾ, ਮੈਂ ਤੇਰੇ ਨਾਲ ਉਧਾਰ ਨਹੀਂ ਕੀਤਾ। ਚਾਰ ਦਿਨਾਂ ਨੂੰ ਪੈਸੇ ਨਾ ਮਿਲੇ ਨਾ ਮੁੜੇ, ਮੈਂ ਤੇਰੇ ਨਾਲ ਅੱਖ ਨੀਵੀਂ ਕਰਾਂਗਾ। ਮੈਂ ਮਨ ਨਾਲ ਉਧਾਰ ਕਰ ਲਿਆ, ਇਹ ਕਦੇ ਵੀ ਨਹੀਂ ਮੈਨੂੰ ਪਰੇਸ਼ਾਨ ਕਰੇਗਾ, ਇਹ ਕਦੇ ਵੀ ਨਹੀਂ ਮੈਨੂੰ ਪਰੇਸ਼ਾਨ ਕਰੇਗਾ। ਫਿਰ ਇੱਕ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦਾ। ਇੱਕ ਰਾਜੇ ਨੇ ਐਲਾਨ ਕੀਤਾ ਵੀ ਮੈਂ ਆਪਣਾ ਰਾਜ ਭਾਗ ਦੇਣਾ ਪਰ ਮੇਰੇ ਪੁੱਤਰ ਲਾਇਕ ਨਹੀਂ। ਧਰਮੀ ਲੋਕਾਂ ਦੀ ਇੱਕ ਮੀਟਿੰਗ ਸੱਦੀ, ਉਹਨਾਂ ਵਿੱਚੋਂ ਇੱਕ ਧਰਮੀ ਬੰਦੇ ਨੇ ਬੜੀ ਕਮਾਲ ਦੀ ਗੱਲ ਲਿਖੀ, ਆਪਣੇ ਪ੍ਰਿੰਸੀਪਲ ਚੰਡੀਗੜ੍ਹ ਦੀ ਹਰਭਜਨ ਸਿੰਘ ਜੀ ਹੋਏ ਨੇ, ਉਹਨਾਂ ਨੇ ਲਿਖੀ ਹੈ ਗਾਥਾ ਆਨੰਦ ਸਾਹਿਬ ਦੀ ਵਿਆਖਿਆ ਕਰਦਿਆਂ। ਉਹਨਾਂ ਬੜਾ ਪਿਆਰਾ ਬਚਨ ਆਖਿਆ। ਫਕੀਰ ਕਹਿਣ ਲੱਗਿਆ ਵੀ ਤੂੰ ਇੱਕ ਕੰਮ ਕਰ, ਇੱਕ ਐਲਾਨ ਕਰ ਦੇ ਵੀ ਜਿਹੜਾ ਇੱਕ ਬੱਕਰੀ ਨੂੰ ਰਜਾ ਕੇ ਲੈ ਕੇ ਆ ਜਾਏ ਮੈਨੂੰ ਰਾਜ ਭਾਗ ਦੇ ਦਿਆਂਗਾ। ਉਹਨਾਂ ਆਖਿਆ ਠੀਕ ਹੈ, ਇਹ ਤਾਂ ਬੜਾ ਸੌਖਾ ਜਿਹਾ ਕੰਮ ਹੈ, ਅਤੇ ਕਈ ਬੰਦੇ ਬੱਕਰੀ ਰਜਾ ਲੈ ਆਉਣਗੇ। ਕਹਿੰਦੇ ਨਹੀਂ ਹੋਣਾ, ਨਹੀਂ ਹੋਣਾ, ਤੂੰ ਦੇਖੀ ਸਹੀ। ਉਹ ਕਹਿੰਦੇ ਠੀਕ ਹੈ। ਉਹਨੇ ਐਲਾਨ ਕਰ ਦਿੱਤਾ ਵੀ ਜਿਹੜਾ ਬੰਦਾ ਬੱਕਰੀ ਰਜਾ ਕੇ ਲੈ ਕੇ ਆਵੇ ਅਤੇ ਉਹਨੂੰ ਮੈਂ ਰਾਜ ਭਾਗ ਦੇ ਦਿਆਂਗਾ, ਖਰਚਾ ਸਾਰਾ ਹੀ ਮੇਰਾ, ਖਰਚਾ ਸਾਰਾ ਹੀ ਮੇਰਾ। ਇੱਕ ਦਿਨ ਬੱਕਰੀ ਮਿਲੇਗੀ ਸੂਰਜ ਚੜ੍ਹਨ ਤੋਂ ਸੂਰਜ ਛਿਪਣ ਤੱਕ। ਹੁਣ ਸਾਰੀ ਲਾਈਨ 'ਚ ਲੱਗ ਗਏ, ਕਿੰਨੇ ਹੀ ਲੋਕ ਵੀ ਬੱਕਰੀ ਪਿੱਛੇ ਰਾਜ ਭਾਗ ਮਿਲਦਾ, ਹੋਰ ਕੀ ਚਾਹੀਦਾ। ਸਾਰੇ ਚਲੇ ਗਏ, ਕੋਈ ਘਾਹ ਖਵਾਉਂਦਾ, ਕੋਈ ਬਦਾਮ ਖਵਾਉਂਦਾ, ਕੋਈ ਗਿਰੀਆਂ ਖਵਾਉਂਦਾ, ਕੋਈ ਕੁਛ ਖਵਾਉਂਦਾ, ਕੁਛ ਖਵਾਉਂਦਾ। ਉਹ ਸ਼ਾਮ ਨੂੰ ਰਾਜਾ ਇੱਕ ਟੋਕਰੀ ਹਰੇ ਹਰੇ ਘਾਹ ਦੀ ਉਹਦੇ ਅੱਗੇ ਕਰਦਾ, ਉਹ ਬੱਕਰੀ ਭਾਵੇਂ ਇੱਕ ਚੀਲਾ ਚੁੱਕੇ ਉਹ ਚੁੱਕ ਲੈਂਦੀ ਹੈ। ਰਾਜਾ ਕਹਿੰਦੇ ਭੁੱਖੀ ਹੈ। ਕਈ ਬੰਦੇ ਹਾਰ ਗਏ, ਬੜੀ ਅਚੰਭੇ ਦੀ ਗੱਲ, ਉਹ 3 ਮਹੀਨੇ ਲੰਘ ਗਏ, ਕੋਈ ਐਸਾ ਬੰਦਾ ਨਾ ਮਿਲਿਆ। ਆਖਿਰਕਾਰ ਉਹਨੇ ਐਲਾਨ ਕੀਤਾ ਵੀ ਕੋਈ ਬੰਦਾ ਹੈ? ਮੈਂ ਤਾਂ ਹੈਰਾਨ ਹੈ, ਕਿੱਡਾ ਸੌਖਾ ਜਿਹਾ ਕੰਮ ਹੈ ਅਤੇ ਕਿੱਡਾ ਔਖਾ ਬਣ ਗਿਆ। ਕੋਈ ਬੰਦਾ ਹੈ ਜਿਹੜਾ ਇਸ ਗੱਲ ਨੂੰ ਪੂਰੀਆਂ ਕਰ ਦੇਵੇ? ਇੱਕ ਆਇਆ, ਕਹਿਣ ਲੱਗਿਆ ਇੱਕ ਦਿਨ ਵਾਸਤੇ ਮੈਨੂੰ ਦੇ ਦਿਓ। ਕਹਿੰਦੇ ਠੀਕ ਹੈ। ਉਹ ਲਈ ਬੱਕਰੀ, ਖਰਚਾ ਤਾਂ ਰਾਜੇ ਦਾ ਸੀ, ਉਹਨੇ ਉਹੀ ਜਿਹੀ ਟੋਕਰੀ ਖਰੀਦੀ, ਉਹੋ ਜਿਹੀ ਘਾਹ ਪਾਇਆ, ਇੱਕ ਸੋਟੀ ਖਰੀਦ ਲਈ ਨਾਲ। ਹੁਣ ਜਦੋਂ ਬੱਕਰੀ ਦੇ ਅੱਗੇ ਟੋਕਰੀ ਕਰੇ ਅਤੇ ਬੱਕਰੀ ਉਹਦੇ 'ਚੋਂ ਚੁੱਕਣ ਦੀ ਘਾਹ ਕੋਸ਼ਿਸ਼ ਕਰੇ, ਉਹ ਸੋਟੀ ਮਾਰੇ ਮੂੰਹ 'ਤੇ, ਉਹ ਜਦੋਂ ਵੀ ਚੱਕਣ ਦੀ ਕੋਸ਼ਿਸ਼ ਕਰੇ ਸੋਟੀ ਮਾਰੇ, ਸਾਰੀ ਦਿਹਾੜੀ ਇੱਕੋ ਹੀ ਪ੍ਰੈਕਟਿਸ ਕੀਤੀ ਵੀ ਜਦੋਂ ਬੱਕਰੀ ਟੋਕਰੀ ਵੱਲ ਤੁਰੇ ਅਤੇ ਮੂੰਹ 'ਤੇ ਸੋਟੀ, ਜਦੋਂ ਬੱਕਰੀ ਟੋਕਰੀ ਵੱਲ ਤੁਰੇ ਅਤੇ ਮੂੰਹ 'ਤੇ ਸੋਟੀ। ਸ਼ਾਮ ਨੂੰ ਆਈ ਅਤੇ ਜਦੋਂ ਰਾਜੇ ਨੇ ਟੋਕਰੀ ਅੱਗੇ ਕੀਤੀ, ਬੱਕਰੀ ਨੇ ਦੂਜੇ ਪਾਸੇ ਮੂੰਹ ਕਰ ਲਿਆ ਵੀ ਸ਼ਾਇਦ ਹੁਣ ਵੀ ਸੋਟੀ ਵੱਜੇਗੀ। ਉਸੇ ਵੇਲੇ ਰਾਜੇ ਨੇ ਆਖਿਆ ਬਸਰਨਾ, ਤੈਨੂੰ ਰਾਜ ਭਾਗ ਦੇ ਦਿਆਂਗਾ। ਉਹਨੇ ਆਖਿਆ ਮੈਂ ਤਾਂ ਫਕੀਰ ਬੰਦਾ, ਮੈਂ ਰਾਜ ਭਾਗ ਕੀ ਕਰਨਾ। ਉਹਨੇ ਆਖਿਆ ਪਰ ਤੂੰ ਇੱਕ ਗੱਲ ਦੱਸ ਵੀ, ਅੱਗੇ ਤਾਂ ਬੱਕਰੀ ਦੇਖਣ ਨੂੰ ਵੀ ਰੱਜੀ ਲੱਗਦੀ ਸੀ, ਅੱਜ ਦੇਖਣ ਨੂੰ ਵੀ ਭੁੱਖੀ ਲੱਗਦੀ ਪਰ ਖਾ ਕੁਝ ਨਹੀਂ ਰਹੀ। ਕਹਿਣ ਲੱਗੇ ਇਹ ਮਨ ਦੀ ਅਵਸਥਾ ਇਹੀ ਹੈ, ਮਨ ਦਿਨ ਰਾਤ ਜਿੰਨਾ ਮਰਜ਼ੀ ਰਜਾ ਲਓ ਇਹ ਨਹੀਂ ਜੇ ਹਟਦਾ ਵਿਸ਼ੇ ਵਿਕਾਰਾਂ ਤੋਂ। ਪਰ ਜੇ ਕਿਤੇ ਗੁਰੂ ਦੇ ਸ਼ਬਦ ਦਾ ਡੰਡਾ ਮਾਰ ਮਾਰ ਕੇ ਇਹਨੂੰ ਸਿਖਾ ਦਈਏ ਨਾ, ਫਿਰ ਜਿੰਨਾ ਮਰਜ਼ੀ ਕਾਮ ਕ੍ਰੋਧ ਲਓ ਮੋਹੰਕਾਰ ਦਾ ਹਰਾ ਹਰਾ ਘਾਹ ਹੋਵੇ, ਇਹ ਨਹੀਂ ਜੇ ਭੱਜਦਾ, ਕਿਉਂਕਿ ਇਹਨੂੰ ਪਤਾ ਗੁਰੂ ਦੇ ਸ਼ਬਦ ਦਾ ਡੰਡਾ ਮੇਰੇ ਮੂੰਹ 'ਤੇ ਵੱਜਣਾ। ਸੱਚ ਕਰਕੇ ਜਾਣਿਓ, ਜਿਹਨੇ ਮਨ ਨੂੰ ਜਿੱਤ ਲਿਆ ਜੱਗ ਨੂੰ ਉਹਨੇ ਜਿੱਤਿਆ।
ਮਨ ਜੀਤੇ ਜਗ ਜੀਤ। ਉਹ ਤੂੰ ਮਨ ਨੂੰ ਜਿੱਤ ਲੈ, ਤੂੰ ਦੁਨੀਆ ਨੂੰ ਜਿੱਤ ਕੇ ਕੀ ਕਰਨਾ? ਕਦੇ ਸਾਧ ਬਣ ਜਾਂਦੇ, ਕਦੇ ਡੇਰਾ ਬਣਾ ਲੈਂਦੇ, ਕਦੇ ਝੁੱਗੀ ਬਣਾ ਲੈਂਦੇ, ਕਦੇ ਸਾੜ ਕੇ ਲੰਘ ਜਾਂਦੇ। ਮੇਰੇ ਪਿੱਛੋਂ ਕੋਈ ਯਾਦਾਂ ਨਾ ਬਣਾਵੇ, ਯਾਦਾਂ ਕੀਤੀਆਂ ਹੀ ਕਿਉਂ ਕਾਇਮ ਨੇ? ਇਦੋਂ ਨਾ ਕਾਇਮ ਕਰਦਾ, ਗੁਰੂ ਦੇ ਬਚਨਾਂ ਨਾਲ ਜੁੜ ਜਾਂਦਾ, ਗੁਰੂ ਦੇ ਅੰਮ੍ਰਿਤ ਬੋਲਾਂ ਨਾਲ ਜੁੜ ਜਾਂਦਾ। ਸਤਿਗੁਰੂ ਨੇ ਕਿਰਪਾ ਕੀਤੀ, ਮਨ ਜੀਤੇ ਜਗ ਜੀਤ। ਤੂੰ ਮਨ ਨੂੰ ਜਿੱਤ ਕੇ ਦੇਖ ਲੈ, ਤੂੰ ਇੱਕ ਪਾਸੇ ਮਨ ਦੀ ਗੱਲ ਜਿੱਤ ਕੇ ਦੇਖ ਲੈ, ਦੂਜੇ ਪਾਸੇ ਸਾਰਾ ਜਗਤ ਜਿੱਤਿਆ ਹੋਵੇਗਾ। ਮੈਨੂੰ ਫਿਰ ਇੱਕ ਖਟਕਦੀ ਹੈ ਗੱਲ, ਮੈਂ ਪੌੜੀਆਂ 'ਤੇ ਦੋ ਕਰਨੀਆਂ ਚਾਹੁੰਦਾ ਸੀ, ਮੈਨੂੰ ਲੱਗਦਾ ਨਹੀਂ ਹੋਣਗੀਆਂ। ਮੈਂ ਇੱਕ ਨਿੱਕੀ ਜਿਹੀ ਗੱਲ ਹੋਰ ਕਰਨੀ ਚਾਹੁੰਦਾ, ਬੜੇ ਧਿਆਨ ਨਾਲ ਸੁਣੋ। ਇੱਕ ਟੀਚਰ ਪੜ੍ਹਾਇਆ ਕਰਦਾ ਸੀ, ਹਾਲਾਂਕਿ ਉਹਦਾ ਸਬਜੈਕਟ ਵੀ ਨਹੀਂ ਸੀ, ਫਿਰ ਵੀ ਉਹਨੇ ਕੋਸ਼ਿਸ਼ ਕਰਨੀ। ਉਹਨੇ ਕਲਾਸ ਵਿੱਚ ਇੱਕ ਮੈਪ ਲੈ ਕੇ ਆਉਣਾ, ਇੱਕ ਪਾਸੇ ਸਾਰੀ ਦੁਨੀਆ ਦਾ ਮੈਪ ਬਣਿਆ, ਉਹਦੀ ਬੈਕ ਸਾਈਡ ਦੇ ਉੱਤੇ ਇੱਕ ਮਨੁੱਖੀ ਪਿੰਜਰ ਬਣਿਆ, ਮਨੁੱਖ ਦਾ ਸਰੀਰ ਬਣਿਆ। ਉਹਨੇ ਦੋਨੇ ਪਾਸੇ ਤੋਂ ਘੁਮਾ ਕੇ ਦਿਖਾਉਣਾ ਵੀ ਇਹ ਦੇਸ਼ ਦਾ ਕਿਹੜਾ ਗੁਆਂਢੀ ਦੇਸ਼ ਹੈ, ਇਹ ਦੇਸ਼ ਦਾ ਕਿਹੜਾ ਗੁਆਂਢੀ ਦੇਸ਼ ਹੈ। ਹੁਣ ਕਰੀਬ ਕਰੀਬ 200 ਦੇਸ਼ ਨਕਸ਼ੇ 'ਚ ਆਉਂਦੇ ਨੇ। ਅਤੇ ਉਹਨੇ ਬੜਾ ਸਿਖਾਉਣਾ, ਬੱਚਿਆਂ ਨੇ ਉਹ ਪਹਿਲਾਂ ਤੋਂ ਪੜ੍ਹਦਿਆਂ 9ਵੀਂ 10ਵੀਂ ਤੱਕ ਚਲੇ ਗਏ, ਬੱਚਿਆਂ ਦੇ ਵੀ ਯਾਦ ਹੋ ਗਿਆ, ਜਿੱਥੇ ਉਹਨੇ ਸਟਿੱਕ ਰੱਖਣੀ ਵੀ ਆਹ ਦੇਸ਼ ਹੈ, ਇਹਦਾ ਕਿਹੜਾ ਗੁਆਂਢੀ ਆਹ ਦੇਸ਼ ਹੈ, ਇਹਦਾ ਕਿਹੜਾ ਗੁਆਂਢੀ ਆਹ ਦੇਸ਼ ਹੈ। ਉਹਨੇ ਨਕਸ਼ਾ ਪਿੱਛੋਂ ਵੀ ਦਿਖਾਉਣਾ ਘੁਮਾ ਕੇ, ਭਈ ਆਹ ਕੀ ਹੈ, ਇਹ ਸਿਰ ਹੈ, ਇਹ ਕੀ ਨੇ, ਇਹ ਬਾਹਾਂ ਨੇ, ਇਹ ਕੀ ਹੈ, ਇਹ ਛਾਤੀ ਹੈ, ਇਹ ਕੀ ਹੈ, ਇਹ ਲੱਤਾਂ ਨੇ। ਉਹਨੇ ਸਾਰਾ ਕੁਝ ਦਿਖਾਉਣਾ, ਬੱਚਿਆਂ ਦੀ ਯਾਦ ਹੋ ਗਿਆ। ਜਦੋਂ ਬੱਚੇ 10ਵੀਂ ਕਲਾਸ 'ਚੋਂ ਅੱਜ ਉਹਦੇ ਕੋਲੋਂ ਚੱਲੇ ਨੇ, ਅੱਜ ਉਹ ਆਪਣਾ ਪੀਰੀਅਡ ਲਾਉਣ ਵਾਸਤੇ ਆਇਆ, ਅਤੇ ਹੈਰਾਨੀ ਦੀ ਗੱਲ ਹੈ, ਅੱਜ ਉਹਨੇ ਆਉਂਦਿਆਂ ਸਾਰ ਨਕਸ਼ਾ ਪਾੜ ਕੇ ਟੇਬਲ 'ਤੇ ਸੁੱਟ ਦਿੱਤਾ। ਇਹ ਤਾਂ ਨਕਸ਼ੇ ਨੂੰ ਬੜਾ ਪਿਆਰ ਕਰਦਾ ਸੀ, ਵਿਦਿਆਰਥੀਆਂ ਨੂੰ ਕਹਿਣ ਲੱਗਿਆ ਵੀ ਇਹਨੂੰ ਕੋਈ ਜੋੜੋ। ਉਹ ਜੋੜ ਜੋੜ ਕੇ ਦੇਖਣ ਲੱਗੇ ਵੀ ਇਹ ਦੇਸ਼ ਦਾ ਗੁਆਂਢੀ ਆਹ ਸੀ, ਇਹਦਾ ਗੁਆਂਢੀ ਆਹ ਸੀ, ਇਹਦਾ ਗੁਆਂਢੀ ਆਹ ਸੀ। ਕਿਸੇ ਨੇ 5 ਦੇਸ਼ ਜੋੜੇ, ਕਿਸੇ ਨੇ 10 ਦੇਸ਼ ਜੋੜੇ, ਕਿਸੇ ਨੇ 15 ਜੋੜ ਲਏ, ਇਦੋਂ ਵੱਧ ਕੋਈ ਨਾ ਜੋੜ ਸਕਿਆ। ਇੱਕ ਵਿਦਿਆਰਥੀ ਉੱਠਿਆ, ਉਹਨੇ ਨਕਸ਼ੇ ਨੂੰ ਪੁੱਠੇ ਪਾਸੇ ਤੋਂ ਜੋੜਨਾ ਸ਼ੁਰੂ ਕਰਤਾ, ਜਿੱਥੇ ਸਿਰ ਸੀ ਸਿਰ ਲਾ ਦਿੱਤਾ, ਜਿੱਥੇ ਬਾਹਾਂ ਸੀ ਬਾਹਾਂ ਲਾ ਦਿੱਤੀਆਂ, ਛਾਤੀ ਸੀ ਛਾਤੀ ਲਾ ਦਿੱਤੀ, ਜਿੱਥੇ ਲੱਤਾਂ ਸੀ ਲੱਤਾਂ ਲਾ ਦਿੱਤੀਆਂ। ਉਹਨੇ ਘੁੱਟ ਕੇ ਗਲਵੱਕੜੀ ਪਾ ਲਈ, ਕਹਿਣ ਲੱਗੇ ਪੁੱਤ ਵੇ, ਇੱਕ ਪਾਸੇ ਮਨੁੱਖ ਦਾ ਸਰੀਰ ਬਣਾ ਕੇ ਰੱਖ ਦਿੱਤਾ, ਦੂਜੇ ਪਾਸੇ ਝਾਤ ਮਾਰੀ ਸਾਰੀ ਦੁਨੀਆ ਬਣ ਜਾਣੀ ਹੈ, ਦੂਜੇ ਪਾਸੇ ਨਕਸ਼ੇ 'ਤੇ ਝਾਤ ਮਾਰ ਕੇ ਦੇਖ ਸਾਰੀ ਦੁਨੀਆ ਬਣ ਗਈ। ਹਰ ਬੰਦਾ ਦੂਜੇ ਨੂੰ ਸਮਝਾਉਣ 'ਤੇ ਤੁਰਿਆ ਹੋਇਆ, ਕਿਤੇ ਅਸੀਂ ਆਪਣੇ ਆਪ ਨੂੰ ਸਵਾਰ ਲਈਏ ਨਾ, ਅਤੇ ਸੱਚ ਕਰਕੇ ਜਾਣੀਓ, ਦੂਜੇ ਪਾਸੇ ਸਾਰੀ ਦੁਨੀਆ ਸੁਧਰ ਜਾਣੀ ਹੈ। ਮੈਂ ਫਿਰ ਬੇਨਤੀ ਕਰਾਂ, ਹਜ਼ੂਰ ਆਖਦੇ ਨੇ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜੱਗ ਤੇਰਾ ਹੋਏ। ਤੂੰ ਆਪਣੇ ਆਪ ਨੂੰ ਸਵਾਰ ਕੇ ਤਾਂ ਦੇਖੋ ਬੰਦਿਆ, ਤੂੰ ਆਪਣੇ ਆਪ ਨੂੰ ਇਹ ਨਹੀਂ ਸਵਾਰਦਾ, ਅਸੀਂ ਸਭ ਦੂਜਿਆਂ ਨੂੰ ਸਵਾਰਨ 'ਤੇ ਲੱਗੇ ਹੋਏ ਹਾਂ ਜੀ। ਤੁਸੀਂ ਆਹ ਕਰੋ ਆਹ ਕਰੋ, ਸਲਾਹ ਹਰ ਬੰਦਾ ਦੇਣ ਨੂੰ ਬੈਠਾ, ਪਰ ਆਪਣੇ ਮਨ ਨੂੰ ਜਿੱਤ ਕੇ ਦੇਖ, ਜਗਤ ਨੂੰ ਜਿੱਤ ਲਏਗਾ। ਆਦੇਸ਼ ਤਿਸ ਹੈ ਆਦੇਸ਼, ਇਹ ਪੰਕਤੀਆਂ ਸਾਂਝੀਆਂ ਨੇ, ਵਾਰ ਵਾਰ ਆਉਣੀਆਂ ਨੇ, ਇਹਦੇ ਅਰਥ ਆਪਾਂ ਇੱਥੇ ਇੱਕ ਵਾਰੀ ਕਰ ਲੈਂਦੇ ਹਾਂ, ਫਿਰ ਮੁੜ ਕੇ ਵਾਰ ਵਾਰ ਇਹਨੂੰ ਰਿਪੀਟ ਕਰ ਲਿਆ ਕਰਾਂਗੇ, ਬਹੁਤੇ ਗਹਿਰਾਈ ਵਿੱਚ ਅਰਥ ਕਰਨ ਦੀ ਲੋੜ ਨਹੀਂ ਪਵੇਗੀ। ਆਦੇਸ਼ ਨੰਬਰ 1 ਤਾਂ ਇਹਨੂੰ ਸ਼ਬਦ ਨੂੰ ਆਦੇਸ਼ ਨਹੀਂ ਪੜ੍ਹਨਾ, ਪੈਰ 'ਚ ਬਿੰਦੀ ਨਹੀਂ ਲਾਉਣੀ ਸੱਸੇ ਦੇ, ਫਿਰ ਉਹਦਾ ਅਰਥ ਕੁਝ ਹੋਰ ਬਣ ਜਾਏਗਾ। ਆਦੇਸ਼ ਦਾ ਅਰਥ ਹੁੰਦਾ ਹੈ ਹਦਾਇਤ ਕਰਨੀ, ਆਦੇਸ਼ ਦਾ ਅਰਥ ਹੁੰਦਾ ਨਮਸਕਾਰ ਕਰਨੀ। ਆਦੇਸ਼ ਤਿਸ ਹੈ ਆਦੇਸ਼, ਮੇਰੀ ਨਮਸਕਾਰ ਹੈ, ਮੇਰੀ ਉਸੇ ਨੂੰ ਨਮਸਕਾਰ ਹੈ, ਉਸ ਤੋਂ ਬਿਨਾਂ ਮੇਰੀ ਕਿਸੇ ਨੂੰ ਨਮਸਕਾਰ ਨਹੀਂ। ਹੁਣ ਸੋਚ ਲਿਓ, ਜਿਹੜੇ ਕਬਰਾਂ 'ਤੇ ਮੱਥਾ ਟੇਕਦੇ ਨੇ,
ਹੁਣ ਸੋਚ ਲਿਓ ਜਿਹੜੇ ਦੀਵੇ ਜਗਾਉਂਦੇ ਨੇ ਵੀਰਵਾਰ ਵਾਲੇ ਦਿਨ, ਹੁਣ ਸੋਚ ਲਿਓ ਜਿਹੜੇ ਪੀਲੇ ਚਾਵਲ ਬਣਾ ਕੇ ਵਰਤਾਉਂਦੇ ਨੇ, ਉਹ ਸੋਚ ਲਿਓ ਆਪਣੇ ਮਨ ਵਿੱਚ। ਕਈ ਵਾਰੀ ਤਾਂ ਗੁਰੂ ਘਰ ਦੇ ਵਿੱਚ ਵੀ ਮਹਾਂ ਦਾਲ ਦੇ ਵਿੱਚ ਕਿੱਲਾਂ ਪਾ ਕੇ ਰੱਖ ਜਾਂਦੇ ਨੇ। ਇਹ ਨਹੀਂ ਸੋਚਦੇ ਵੀ ਕਿੱਲਾ ਬਾਈ ਚਾਂਸ ਕਿਸੇ ਦੇ ਅੰਦਰ ਚਲੇ ਜਾਣ ਅਤੇ ਕਿੱਡਾ ਵੱਡਾ ਮੁਸ਼ਕਲ ਬਣ ਜਾਏਗੀ ਉਸ ਬੰਦੇ ਲਈ। ਅਤੇ ਇਹ ਵੀ ਨਹੀਂ ਸੋਚਦੇ ਉਹ ਭਲਿਆ ਤੂੰ ਏਡਾ ਭਲਾ ਕਰਨ ਵਾਲਾ ਆ, ਆਪਣਾ ਭਲਾ ਕਰਨ ਵਾਲਾ, ਦੂਜਿਆਂ ਦਾ ਬੁਰਾ ਕਰਕੇ ਤੂੰ ਸੁੱਖ ਨਹੀਂ ਪਾ ਸਕਦਾ। ਇਹ ਉਹ ਸੋਚ ਲਿਓ ਆਦੇਸ਼ ਅਤੇ ਸਹਿ ਆਦੇਸ਼, ਮੇਰੀ ਉਸੇ ਨੂੰ ਨਮਸਕਾਰ ਹੈ, ਮੇਰੀ ਉਸੇ ਨੂੰ ਨਮਸਕਾਰ ਹੈ, ਮੈਂ ਇੱਕ ਤੋਂ ਬਿਨਾਂ ਕਿਸੇ ਨੂੰ ਵੀ ਨਮਸਕਾਰ ਨਹੀਂ ਕਰਦਾ। ਆਦਿ ਜਿਹੜਾ ਸਭ ਤੋਂ ਪਹਿਲਾਂ ਮੁੱਢ ਹੈ, ਆਦਿ ਜਿਹੜਾ ਦੁਨੀਆ ਦਾ ਮੁੱਢ ਹੈ, ਜਿਹੜਾ ਜਿਹਦੇ ਤੋਂ ਸਾਰਾ ਸੰਸਾਰ ਪੈਦਾ ਹੋਇਆ, ਅਨੀਲ ਜਿਹਦੇ ਵਿੱਚ ਕੋਈ ਵੀ ਦਾਗ ਨਹੀਂ, ਜਿਹੜਾ ਬਿਲਕੁਲ ਸੱਚਾ ਸੁੱਚਾ ਹੈ, ਉਹਦੇ ਜੀਵਨ ਅੰਦਰ ਕੋਈ ਕਮੀ ਨਹੀਂ, ਉਹਦੇ ਜੀਵਨ ਅੰਦਰ ਕੋਈ ਕਮਜ਼ੋਰੀ ਨਹੀਂ, ਉਹਦੇ ਜੀਵਨ ਅੰਦਰ ਕੋਈ ਦਾਗ ਨਹੀਂ, ਮੈਂ ਉਸ ਪਰਮੇਸ਼ਰ ਦੀ ਉਹਦੀ ਚਰਨਾਂ ਵਿੱਚ ਆਦੇਸ਼ ਕਰਦਾ। ਉਹ ਕਲੰਕ ਤੋਂ ਰਹਿਤ ਹੈ, ਪਵਿੱਤਰ ਸਰੂਪ ਵਾਲਾ ਹੈ, ਆਦਿ ਅਨੀਲ। ਫਿਰ ਦੁਬਾਰੇ ਬੇਨਤੀ ਕਰਦੇ, ਜਿਹਨੂੰ ਕੋਈ ਦਾਗ ਨਹੀਂ, ਜਿਹਨੂੰ ਕੋਈ ਕਲੰਕ ਨਹੀਂ, ਅਨਾਦ। ਇਹ ਸ਼ਬਦ ਬੜਾ ਪਿਆਰਾ ਹੈ, ਆਦ ਅਨਾਦ। ਇੱਕ ਪਾਸੇ ਆਦ ਕਹਿਤਾ, ਦੂਜੇ ਪਾਸੇ ਅਨਾਦ ਕਹਿਤਾ। ਅਨਾਦ ਦਾ ਅਰਥ ਹੁੰਦਾ ਜਿਹਦਾ ਮੁੱਢ ਕੋਈ ਨਹੀਂ। ਉਹ ਦੁਨੀਆ ਦਾ ਮੁੱਢ ਤਾਂ ਹੈ, ਪਰ ਉਹਦਾ ਖੁਦ ਦਾ ਆਪਣਾ ਮੁੱਢ ਕੋਈ ਨਹੀਂ, ਉਹਦਾ ਆਪਣਾ ਮੁੱਢ ਕੋਈ ਨਹੀਂ, ਉਹ ਕਿਸੇ ਦੇ ਸਹਾਰੇ 'ਤੇ ਨਹੀਂ ਹੈ। ਅਸੀਂ ਤਾਂ ਉਹਦੇ ਵਿੱਚੋਂ ਪੈਦਾ ਹੋਏ, ਉਹ ਸਾਡੇ ਵਿੱਚੋਂ ਪੈਦਾ ਨਹੀਂ ਹੋਇਆ। ਦੁਨੀਆ ਵਿੱਚ ਇੱਕ ਅਜੀਬ ਸਿਸਟਮ ਹੈ, ਤੁਸੀਂ ਕਦੇ ਵੀ ਪਹਿਲਾਂ ਦੁੱਧ ਹੋਵੇਗਾ ਅਤੇ ਫਿਰ ਮੱਖਣ ਨਿਕਲੇਗਾ, ਮੱਖਣ ਵਿੱਚੋਂ ਤੁਸੀਂ ਕਦੇ ਦੁੱਧ ਨਹੀਂ ਕੱਢਿਆ ਹੋਣਾ। ਮੈਂ ਵੀ ਗਲਤ ਹੋ ਸਕਦਾ, ਤੁਸੀਂ ਸਿਆਣੇ ਬੈਠੋ ਸਾਰੇ, ਕਿਸੇ ਨੇ ਮੱਖਣ ਵਿੱਚੋਂ ਦੁੱਧ ਕੱਢਿਆ? ਦੁੱਧ ਵਿੱਚੋਂ ਮੱਖਣ 'ਤੇ ਘਰ ਘਰ ਦੀ ਕਹਾਣੀ ਹੈ। ਸਤਿਗੁਰੂ ਆਖਦੇ ਨੇ, ਕਹਿੰਦੇ ਪ੍ਰਥਮ ਹੈ ਮੱਖਣ, ਪਛ ਹੈ ਦੁੱਧ। ਕਹਿੰਦੇ ਸਭ ਤੋਂ ਪਹਿਲਾਂ ਮੱਖਣ ਭਾਵ ਤੱਤ ਪੈਦਾ ਹੋਇਆ, ਉਹਦੇ ਵਿੱਚੋਂ ਸਾਰਾ ਸੰਸਾਰ ਜਿਹੜਾ ਇਹ ਪੈਦਾ ਹੋਇਆ। ਉਹ ਨਿਰੰਕਾਰ ਸਭ ਤੋਂ ਪਹਿਲਾਂ, ਆਦ ਅਨੀਲ ਅਨਾਦ ਅਨਾਹਤ। ਉਹ ਨਿਰੰਕਾਰ ਵਾਹਿਗੁਰੂ ਜੀ ਜਿਹੜਾ ਜਿਹਦਾ ਖੁਦ ਦਾ ਕੋਈ ਯਾਦ ਨਹੀਂ, ਉਹਨੂੰ ਕੋਈ ਯਾਦ ਨਹੀਂ ਲੱਭ ਸਕਦਾ। ਅਨਾਹਤ ਜਿਹੜਾ ਆਪਣੇ ਆਪ ਤੋਂ ਪੈਦਾ ਹੋਇਆ, ਜਿਹਨੂੰ ਕੋਈ ਖਤਮ ਨਹੀਂ ਕਰ ਸਕਦਾ, ਜਿਹਦਾ ਕੋਈ ਅੰਤ ਨਹੀਂ ਕਰ ਸਕਦਾ, ਉਹਨੂੰ ਕੋਈ ਮਾਰ ਨਹੀਂ ਸਕਦਾ, ਨਾਸ਼ ਨਹੀਂ ਕਰ ਸਕਦਾ। ਉਹ ਆਪਣੇ ਇੱਕ ਰਸ ਵਿੱਚ ਵਿਆਪਕ ਹੈ, ਜੁਗ ਜੁਗ ਏਕੋ ਵੇਸ। ਮੈਨੂੰ ਮਾਫ਼ ਕਰ ਦਿਓ, ਆਪਾਂ ਅੱਜ ਵੀ ਕਹੀ ਜਾਂਦੇ, ਮੇਰੇ ਵਰਗੇ ਗਲਤੀਆਂ ਕਰਨ ਵਾਲੇ ਉਹ ਕਹਿ ਦਿੰਦੇ ਨੇ ਕਲਯੁੱਗ ਦੇ ਅਵਤਾਰ, ਗੁਰੂ ਗ੍ਰੰਥ ਸਾਹਿਬ ਜੀ ਨੂੰ। ਇਹ ਕਲਯੁੱਗ ਦੇ ਅਵਤਾਰ ਨਹੀਂ ਹੈ, ਇਹਦਾ ਮਤਲਬ ਸਤਯੁੱਗ ਦੇ ਵਿੱਚ, ਵੈਸੇ ਤਾਂ ਯੁੱਗਾਂ ਦੀ ਕਹਾਣੀ ਇੱਕ ਹੋਰ ਵੱਖਰੀ ਹੈ। ਇਹਦਾ ਮਤਲਬ ਆਉਣ ਵਾਲੇ ਸਮੇਂ 'ਚ ਗੁਰੂ ਸਾਹਿਬ ਜੀ ਅਗਵਾਈ ਨਹੀਂ ਦੇਣਗੇ, ਸਿਰਫ ਕਲਯੁੱਗ ਹੀ ਵਿੱਚ ਹੀ ਇਹ ਦੇਣਗੇ। ਜਦਕਿ ਗੁਰਬਾਣੀ ਤਾਂ ਕਹਿ ਰਹੀ ਆਦ ਸਤ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋ ਸੀ ਵੀ ਸੱਚ, ਸਦੀਵੀ ਅਗਵਾਈ ਹੈ। ਯੁੱਗ ਯੁੱਗ ਏਕੋ ਵੇਸ, ਯੁੱਗਾਂ ਯੁਗਾਂਤਰਾਂ ਤੋਂ ਇੱਕੋ ਜਿਹੇ ਵੇਸ ਵਿੱਚ ਰਹਿਣ ਵਾਲਾ ਪਰਮੇਸ਼ਰ, ਮੇਰੀ ਉਹਨੂੰ ਨਮਸਕਾਰ ਹੈ, ਮੈਂ ਉਹਨੂੰ ਨਮਸਕਾਰ ਕਰਨਾ। ਜੋਗੀ ਕਿਹੋ ਜਿਹਾ ਹੋਵੇ ਜਿਹੜਾ ਰੱਬ ਨੂੰ ਮਿਲ ਸਕਦਾ? ਸਤਿਗੁਰੂ ਜੀ ਨੇ ਅੱਜ ਉਹਦੀ ਪਰਿਭਾਸ਼ਾ ਦਿੱਤੀ ਹੈ, ਮੈਂ ਸਿੱਖ ਨੂੰ ਇਹੋ ਜਿਹਾ ਜੋਗੀ ਬਣਾਇਆ ਜਿਹੜਾ ਸੋਦਰ 'ਤੇ ਬੈਠ ਕੇ ਰੱਬ ਦੀ ਇਬਾਦਤ ਕਰਦਾ। ਬਾਕੀ ਵਿਚਾਰ ਅਗਲੇ ਦੇ ਦਿਨਾਂ ਵਿੱਚ। ਹੋਈਆਂ ਫੁੱਲਾਂ ਦੀ ਖਿਮਾ ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਜ਼ਰੂਰੀ ਬੇਨਤੀ ਜਾਂਦੇ ਜਾਂਦੇ ਸਮਝਾਉਣਾ, ਉਹ ਇਹ ਹੈ ਵੀ ਪ੍ਰੋਗਰਾਮ ਤਾਂ ਕੱਲ੍ਹ ਤੱਕ